हाँ जी, सारे वीरां नू प्यार भरी सत श्री अकाल जी। काका कनेडा चकड़ा ग्रुप वालों प्रोग्राम शौक कबूतरबाजी का लैके हाजिर है जी। तो अज बहुत खुशी का दिन है जी कि बाई जी अपने घर आए हैं, बाई जी मिक्की गामी वाले। तो इन का धन्यवाद करते हैं जी। जिन्हें भी मेरे वीर पहला तो इस वीडियो में देख रहे हैं, सब तो पहला साडा जिहड़ा चैनल है सबसक्राइब जरूर करे। तो तुहाडे नाल मिलाउण जा रहे हैं आपां भाई जी मिक्की कामी वाला। अपने बदाम कबूतर अगे खिंचदा सी ना, इहदे नालों थोड़ी जी नरम हो चीज बहुत वधिया। किन्नियां देर तड़के नूं अंदर जी छड़णियां दा रैश रूश नहीं होंदी, खिंच कर ਐਕਟ ਵਾਲੀ ਆਉਂਦੀ ਹੈ, ਮਸਲੇ ਤਾਂ ਖੁੱਲ੍ਹੀ ਆਉਂਦੀ ਹੈ। ਕਾਕਾ ਕਨੇਡਾ ਚੱਕਣਾ ਗਰੁੱਪ ਵੱਲੋਂ ਪਿਆਰ ਭਰੀ ਦੁਬਾਰ ਤੋਂ ਫਿਰ ਸਤਿ ਸ਼੍ਰੀ ਅਕਾਲ ਜੀ। ਆਪਾਂ 14 ਤਰੀਕ ਨੂੰ ਬਾਈ ਜੀ ਮਿੱਕੀ ਗਾਮੀ ਵਾਲਾ ਦੀ ਇੰਟਰਵਿਊ ਜੋ ਕਰਨ ਗਏ ਸੀ ਉਹਨਾਂ ਦੇ ਪਿੰਡ, ਅਤੇ ਉਸ ਦਿਨ ਜੋ ਕਿ ਮੇਰੀ ਮੈਰਿਜ ਐਨਵਰਸਰੀ ਸੀਗੀ ਜੀ 14 ਤਰੀਕ ਨੂੰ, ਅਤੇ ਸ਼ਾਇਦ ਇਹਨਾਂ ਨੂੰ ਗੱਲ ਦਾ ਨਹੀਂ ਪਤਾ ਸੀ, ਪਰ ਮੈਂ ਮਤਲਬ ਆਪਦੀ ਜੋ ਫੈਮਲੀ ਨੂੰ ਇੱਥੇ ਛੱਡ ਕੇ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਸੀ ਬਾਈ ਜੀ ਹੋਰਾਂ ਨੂੰ ਕਿ 14 ਤਰੀਕ ਨੂੰ ਤੁਹਾਡੀ ਇੰਟਰਵਿਊ ਆਪਾਂ ਕਰਾਂਗੇ। ਜਦੋਂ ਉੱਥੋਂ ਆਪਣੇ ਵੀਰ ਬਾਈ ਜੀ ਜੋ ਚੀਨਾ ਇਹਨਾਂ ਨੇ ਮੁਬਾਰਕਾਂ ਦਿੱਤੀਆਂ ਜੀ ਕਿ ਬਾਈ ਜੀ ਨੂੰ ਪਹਿਲਾਂ ਤਾਂ ਵਧਾਈਆਂ ਦਿਓ, ਇਹਨਾਂ ਦੀ ਮੈਰਿਜ ਐਨਵਰਸਰੀ ਆ,
ਤੇ ਬਾਈ ਜੀ ਨੂੰ ਪਤਾ ਲੱਗਿਆ ਜਦੋਂ ਕਿ ਇਹਨਾਂ ਦੀ ਮੈਰਿਜ ਐਨਵਰਸਰੀ ਸੀ, ਅੱਜ ਮੇਰੀ ਇੰਟਰਵਿਊ ਕਰਨ ਆਏ ਹੈ, ਤੇ ਇਹਨਾਂ ਨੇ ਜੋ ਇੰਟਰਵਿਊ ਆਪਾਂ ਇਹਨਾਂ ਦੀ ਲੈ ਰਹੇ ਸੀ ਉਸ ਦਿਨ, ਇਹਨਾਂ ਨੇ ਉਹ ਕੈਂਸਲ ਕਰ ਦਿੱਤੀ ਸੀ ਜੀ। ਇਹ ਕਹਿੰਦੇ ਕਿ ਜਿਹੜੀ ਇਹ ਖੁਸ਼ੀ ਹੈ, ਇਹ ਖੁਸ਼ੀ ਸਾਲ 'ਚ ਇੱਕ ਵਾਰੀ ਆਉਂਦੀ ਹੈ, ਇੰਟਰਵਿਊ ਤਾਂ ਆਪਣੀ ਕੱਲ੍ਹ ਨੂੰ ਪਰਸੋਂ ਵੀ ਹੋ ਜਾਊਗੀ। ਅਤੇ ਉਸ ਦਿਨ ਇਹਨਾਂ ਨੇ ਮੈਨੂੰ ਕਿਹਾ ਕਿ ਜਿਹੜੀ ਇੰਟਰਵਿਊ ਹੈ ਆਪਾਂ ਤੁਹਾਡੇ ਪਿੰਡ ਚੱਕੜੇ ਆ ਕੇ ਆਪਾਂ ਇਹ ਕਰਾਂਗੇ, ਅੱਜ ਤੁਸੀਂ ਆਪਦੀ ਫੈਮਿਲੀ ਕੋਲ ਜਾਓ, ਇੰਜੋਏ ਕਰੋ। ਸੋ ਬਹੁਤ ਵੱਡਾ ਮਤਲਬ ਇਹਨਾਂ ਦਾ ਦਿਲ ਅਤੇ ਬਹੁਤ ਵੱਡੀ ਸੋਚ ਕਹੂੰਗਾ ਮੈਂ ਰੱਖਦੇ ਹੈ। ਸੋ ਥੈਂਕ ਯੂ ਵੀ ਕਰੂੰਗਾ ਜੀ ਉਸ ਦਿਨ ਲਈ ਤੁਹਾਡਾ ਮੈਂ ਬਹੁਤ ਬਹੁਤ। ਅਤੇ ਆਓ ਹੁਣ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ। ਬਹੁਤ ਵੱਡਾ ਦਿਲ ਹੈ ਜੀ ਬਾਈ ਜੀ ਦਾ। ਹਾਂਜੀ, ਉਹ ਬਾਈ ਜੀ ਸਾਡਾ ਫਰਜ਼ ਬਣਦਾ ਸੀ ਵੀ ਤੁਹਾਡਾ ਮੈਰਿਜ ਐਨਵਰਸਰੀ ਆਪਣੇ ਘਰ ਸੈਲੀਬ੍ਰੇਟ ਕਰੋ ਜੀ। ਪਚਾਨਵੇਂ ਪ੍ਰਸੈਂਟ ਦਾ ਸਾਡਾ ਫਰਜ਼ ਸੀ ਜੀ, ਅਤੇ 5% ਮੈਨੂੰ ਥੋੜ੍ਹਾ ਜਿਹਾ ਤੁਹਾਡੇ 'ਤੇ ਤਰਸ ਆਇਆ ਜੀ ਵੀ ਸਵੇਰ ਦੇ ਤੁਸੀਂ ਫਿਰਦੇ ਹੋ, ਜਦ ਘਰ ਜਾਓਗੇ ਕਿਤੇ ਸਵਾਗਤ ਹੋਣ ਦੀ ਬਜਾਏ ਵੇਲਣਾ ਨਾ ਵਰਜੇ। ਬਿਲਕੁਲ ਸਹੀ ਹੈ ਜੀ ਇਹ ਗੱਲ ਜੀ। ਫਿਰ ਤੁਸੀਂ ਐਡੀ ਵੱਡੀ ਮਿਹਨਤ ਕਰਦੇ ਹੋ ਅਤੇ ਫਰਕ ਪੈ ਜਾਊ ਨਹੀਂ ਚਾਹੀਦਾ, ਫਿਰ ਅਸੀਂ ਵੀ ਚਲੋ ਇੱਥੇ ਉੱਥੇ ਹੀ ਚੱਲਾਂਗੇ ਆਪਾਂ, ਬਾਈ ਜੀ ਦੇ ਪਿੰਡ ਚੱਕੜੇ ਜਾਵਾਂਗੇ ਜੀ। ਅਤੇ ਬਾਕੀ ਸਾਡੇ ਮਨ 'ਚ ਵੀ ਸੀ ਵੀ ਦੇਖੀਏ ਇਹਨਾਂ ਦਾ ਸਾਰਾ ਇੰਨਾ ਉਹ ਕਰ ਰਹੇ ਨੇ ਕਿਵੇਂ ਹੈ। ਥੈਂਕ ਯੂ ਹੈ ਜੀ ਪਹਿਲਾਂ ਤਾਂ ਤੁਹਾਡਾ, ਤੁਸੀਂ ਬਹੁਤ ਵੱਡੀ ਉਸ ਦਿਨ ਸੋਚ ਰੱਖੀ। ਹਾਂਜੀ, ਤੇ ਸ਼ਾਇਦ ਮੇਰੇ ਵੇਲ ਨੇ ਵੱਜ ਵੀ ਜਾਂਦੇ, ਵੱਡੀ ਗੱਲ ਨਹੀਂ ਜੀ। ਠੀਕ ਹੈ, ਪਰ ਪਰਮਾਤਮਾ ਦੀ ਕਿਰਪਾ ਹੈ ਜੋ ਮੇਰੀ ਵਾਈਫ ਹੈ ਜਦੋਂ ਦੀ ਮਤਲਬ ਮੇਰੇ ਨਾਲ ਸਾਥ ਜੁੜਿਆ ਹੈ ਅਤੇ ਆਪਾਂ ਤਰੱਕੀਆਂ ਹੀ ਕੀਤੀਆਂ ਜੀ। ਠੀਕ ਹੈ, ਤੇ ਕਹਿੰਦੇ ਨਾ ਤੁਹਾਡੇ ਜੀਵਨ ਸਾਥੀ ਜੇ ਚੰਗਾ ਹੋਵੇ ਤੁਸੀਂ ਫੇਰ ਹੀ ਅੱਗੇ, ਸਭ ਤੋਂ ਵੱਡੀ ਗੱਲ ਹੈ ਜੀ। ਉਹਨਾਂ ਦਾ ਬਹੁਤ ਸਾਥ ਹੈ ਜੀ। ਪਿੱਛੇ ਜੇ ਮੇਰਾ ਸੌਂਗ ਜੱਟੀਏ ਨਾ ਜਾਈ ਛੱਡ ਕੇ ਆਇਆ ਸੀ, ਉਹਦੇ ਬੜੇ ਵਾਰ ਦੇਖਿਆ, ਮਿਸਿਜ਼ ਮੇਰੀ ਪਾਉਂਦੀ ਹੈ। ਸੋ ਉਹ ਅਸਲੀਅਤ ਹੈ ਜੀ। ਠੀਕ ਹੈ, ਨਹੀਂ ਤਾਂ ਆਮ ਲੇਡੀਜ਼ ਕਬੂਤਰਾਂ ਨੂੰ ਇੰਨੀ ਕੋਈ ਜ਼ਿਆਦਾ ਕੇਅਰ ਨਹੀਂ ਕਰਦੇ, ਪਰ ਜਦੋਂ ਵੀ ਮੈਂ ਬਾਜ਼ੀਆਂ 'ਤੇ ਜਾਂਦਾ ਪਿੱਛੋਂ ਬਦਾਮ ਦਾਣਾ ਪਾਣੀ, ਕਈ ਵਾਰੀ ਮੈਂ ਸ਼ਾਮ ਨੂੰ ਜਿਹੜੇ ਖੁੱਡੇ ਲੌਕ ਕਰਨਾ ਭੁੱਲ ਜਾਂਦਾ ਉਹ ਮੈਨੂੰ ਯਾਦ ਕਰਾਉਂਦੀ ਹੈ ਜੀ। ਠੀਕ ਹੈ, ਵੀ ਆਪਣੇ ਖੁੱਡੇ ਲੌਕ ਚਾਬੀਆਂ ਕਿੱਥੇ ਹੈ। ਠੀਕ ਹੈ, ਸੋ ਜੀਵਨ ਸਾਥੀ ਮੈਨੂੰ ਬਹੁਤ ਵਧੀਆ ਮਿਲਿਆ ਜੀ, ਪਰ ਕਈ ਵਾਰੀ ਵੇਲਣੇ ਵਾਲੀ ਹੋ ਜਾਂਦੀ ਹੈ। ਹਾਂਜੀ, ਅੱਜ ਸਾਨੂੰ ਅੱਜ ਪਤਾ ਲੱਗਿਆ ਜੀ ਵੀ ਇੰਨੇ ਅੱਛੇ ਨੇ ਉਹ ਜੀ, ਪਰ ਕਈ ਵਾਰ ਹੋ ਜਾਂਦੀ ਹੈ ਜੀ, ਕਿਉਂਕਿ ਜਦੋਂ ਆਦਮੀ ਦਾ ਵਕਤ ਮਾੜਾ ਹੋਵੇ ਨਾ ਕਹਾਵਤ ਬਣੀ ਹੈ ਵੀ ਉੱਠਦੇ ਜੀ। ਸੋ ਚਲੋ ਜੀ ਬਹੁਤ ਵਧੀਆ, ਅਤੇ ਆਓ ਜੀ ਹੁਣ ਆਪਾਂ ਇਹਨਾਂ ਨਾਲ ਕਰਦੇ ਹਾਂ ਜੋ ਉਸ ਦਿਨ ਦੀਆਂ ਅਧੂਰੀਆਂ ਗੱਲਾਂ ਰਹਿ ਗਈਆਂ ਸੀ। ਹਾਂਜੀ ਬਾਈ ਜੀ। ਬਾਈ ਜੀ, ਇੱਕ ਚੀਜ਼ ਜੋ ਤੁਹਾਨੂੰ ਪੁੱਛਣ ਜਾ ਰਹੇ ਹਾਂ ਬੜੀ ਹੀ ਅਹਿਮੀਅਤ ਰੱਖਦੀ ਅੱਜ ਦੀਆਂ ਬਾਜ਼ੀਆਂ ਦੇ ਵਿੱਚ। ਠੀਕ ਹੈ, ਜਿਹੜੀਆਂ ਪਹਿਲਾਂ ਬਾਜ਼ੀਆਂ ਉੱਡਦੀਆਂ ਸੀ ਠੀਕ ਹੈ, ਅੱਜ ਬਾਜ਼ੀਆਂ ਉੱਡਦੀਆਂ ਠੀਕ, ਉਹਨਾਂ 'ਚ ਕੀ ਅੰਤਰ ਸਮਝਦੇ ਹੋ? ਉਹ ਬਾਜ਼ੀਆਂ ਚੰਗੀਆਂ ਸੀ ਜਾਂ ਅੱਜ ਵਾਲੀਆਂ ਬਾਜ਼ੀਆਂ ਵਧੀਆ? ਬਾਜ਼ੀਆਂ ਜੀ ਪਹਿਲਾਂ ਦੇਖੋ ਠਾੜ 'ਚੋਂ ਹੀ ਆਪਾਂ ਨੂੰ ਪਤਾ ਇਹ ਚੱਲਿਆ ਜੀ, ਉਹ ਸਭ ਤੋਂ ਪਹਿਲਾਂ ਬਜ਼ੁਰਗ ਸੀਗੇ ਹਰੀਕੇ ਵਾਲੇ ਮੱਲ, ਬਾਬਾ ਰੋਡਾ ਭਾਗ ਸਿੰਘ ਜੀ, ਮੁਖਤਿਆਰ ਸਿੰਘ ਜੀ, ਨਿੰਗ ਕਹਿ ਦਿੰਦੇ ਬੰਸੇ ਦੇ ਫਾਦਰ ਸਾਹਿਬ ਜੀ, ਟਹਿਲਾ ਸਿੰਘ ਨੇ ਹੈਗੇ ਨੇ ਉਹ ਕਿੰਗਰੇ, ਰੁਲਦੂ ਸੁੱਖਣ ਵਾਲਾ ਬਾਬਾ ਮਿੱਡ, ਲਾਲਬਾਈ ਵਾਲੇ ਸਰਪੰਚ ਗਿੱਦੀ ਸ਼ੇਰਾ, ਇਹ ਸਾਰੇ ਮਹਿਮੂਆਣੇ ਵਾਲੇ ਸੁਣਦੇ ਹਾਂ ਆਪਾਂ ਵੀ ਬਹੁਤ ਹੀ ਅੱਛੀਆਂ ਬਾਜ਼ੀਆਂ ਹੁੰਦੀਆਂ ਸੀ। ਇਹਨਾਂ ਤੋਂ ਬਾਅਦ ਵੀ ਸਰਦਾਰ ਜਸਵੀਰ ਸਿੰਘ, ਮੋਹਨ ਸਿੰਘ ਬਾਦਲ, ਕਾਕਾ ਕਿਲਾ, ਵਕੀਲ ਸਾਹਿਬ ਬਹਿਣੀਆਂ ਵਾਲੇ, ਯਾਦਵਿੰਦਰ ਸਿੰਘ ਪੀਰਕੋਟ, ਬਿੱਲਾ ਬਾਬੂ, ਟਵਾਣਾ ਲਾਲਬਾਈ, ਜੰਟਾ ਜੀ ਆਲਮ ਵਾਲੇ ਵਾਲੇ, ਮੁਖਤਿਆਰ ਸਿੰਘ ਬੇਗਾ, ਇਹ ਪੋਰਸ਼ਨ ਆ ਗਿਆ ਸੀ। ਬਹੁਤ ਅੱਛੀਆਂ ਬਾਜ਼ੀਆਂ ਹੋਈਆਂ, ਬਹੁਤ ਹੀ ਵਧੀਆ। ਉਹ ਤੋਂ ਬਾਅਦ ਥੋੜ੍ਹਾ ਜਿਹਾ ਹੋ ਗਿਆ ਸੀ ਗੜਬੜ ਜੀ, ਦੁਬਾਰਾ ਕਬੂਤਰ ਵੀ ਛੱਡੇ ਗਏ ਜਾਂ ਬਹਿ ਗਿਆ, ਪਾਣੀ ਪੂਣੀ ਪੀ ਗਿਆ, ਕੱਟਿਆ, ਉਹ ਥੋੜ੍ਹਾ ਚਿਰ ਹੀ ਰਿਹਾ
साल दो साल ते उतों बाद फिर दस तो पहला होना राजू बठिंडा जी अमरी बेगा बूटा बेगा नारा पुचो लीला पुचो इन्ना बंदियां ने क्लब बनाया इन्होंने शुरुआत करी जी। बहुत वधिया इन्हों का क्लब सी जी। ਇਹ ਮੰਨ ਲਓ ਰਾਜੂ ਅਮਰੀ ਬੂਟਾ ਇਹ ਤਾਂ ਸੀ ਹੀਰੋ ਇਸ ਫਿਲਮ ਦੇ ਫਿਲਮੀ ਲਾਓ ਆਪਾਂ ਇਹਨੂੰ ਇੱਕ ਕਹਿਣ ਚ ਆਜੂ ਜੀ ਅਤੇ ਨਾਰਾ ਅਤੇ ਲੀਲਾ ਪੁੱਛੋ ਵਾਲੇ ਇਹ ਸੀ ਕਮੇਡੀਅਨ ਜੀ ਹਾਂ ਇਹਨਾਂ ਦੀ ਬਾਜੀ 'ਚ ਜਾਓ ਅਤੇ ਦਿਨ ਤੀਆਂ ਵਾਂਗੂ ਹੀ ਲੰਘਦਾ ਜੀ ਬਹੁਤ ਵਧੀਆ ਇਨਸਾਨ ਨੇ ਅਤੇ ਬਹੁਤ ਵਧੀਆ ਇਹਨਾਂ ਨੇ ਬਾਜੀਆਂ ਸ਼ੁਰੂ ਕਰਤਾ ਉਸ ਤੋਂ ਬਾਅਦ ਫਿਰ ਤਾਂ ਕਿਤੇ ਦੇਖੋ ਕਬੂਤਰੀ ਨਿਆਂ ਨਾ ਦੇਵੇ ਨਾ ਉਹ ਤਾਂ ਹੁੰਦੀ ਹੈ ਅੱਡ ਗੱਲ ਕਈ ਵਾਰ ਬੰਦੇ ਦੇ ਬਸ ਨਹੀਂ ਰਹਿੰਦਾ ਉਹ ਤੋਂ ਬਾਅਦ ਫਿਰ ਘਣੀਆਂ ਕਲੱਬ ਬਣ ਗਿਆ ਗਿੱਲ ਸਾਹਿਬ ਹੋ ਗਏ ਰਾਜਗੁਰੂ ਵਾਲਾ ਨਾਮਦੇਵ ਸੁੱਖਣ ਵਾਲਾ ਮੱਡੂ ਫਰੀਦਕੋਟ ਸੇਖੋਂ ਫਰੀਦਕੋਟ ਤੇਜ ਘਣੀਆਂ ਸਾਹਿਬ ਬਾਂਦਰ ਡੋਡ ਇਹਨਾਂ ਨੇ ਅਤੇ ਜੱਗੇ ਵਾਲਾ ਕਲੱਬ ਹੋ ਗਿਆ ਜੱਗਾ ਅਤੇ ਸੋਨੀ ਬਰਮਪੁਰਾ ਕਸਰੀ ਕੱਢਤੀ ਕਿਲਾ ਰਾਏਪੁਰ ਹਾਂਜੀ ਇਹ ਦੋ ਕਲੱਬਾਂ 'ਚ ਤਾਂ ਫਿਰ ਸ੍ਰੀ ਲਾਗੀ ਕਹਾਣੀ ਉਹਨਾਂ ਤੋਂ ਫਿਰ ਜਿਹੜੀ ਗੱਲ ਚੰਗੀ ਹੁੰਦੀ ਹੈ ਦੂਸਰੇ ਵੀ ਸਿੱਖਦੇ ਨੇ ਸਿੱਖਣ ਨੂੰ ਹੀ ਮਿਲਿਆ ਇਹ ਹੁਣ ਘਣੀਆਂ ਬਾਜਾ ਕਲੱਬ ਹੈ ਕੋਈ ਜੱਗਾ ਹੋ ਗਿਆ ਕੋਈ ਅੰਤ ਨਹੀਂ ਇਹਨਾਂ ਦੇ ਕਲੱਬ 'ਚ ਬਾਜੀ ਛੱਡਣੀ ਤਾਂ ਨਾਗਾਂ ਦੀ ਖੱਡ 'ਚ ਹੱਥ ਪਾਉਣੀ ਹੈ ਬਿਲਕੁਲ ਹਾਂਜੀ ਉੱਥੇ ਜਿੰਨੇ ਕਬੂਤਰ ਬਾਜ਼ਾਂ ਨੇ ਇੰਟਰੀਆਂ ਕਰਾਈਆਂ ਨੇ ਉਹ ਸਿਰੇ ਵਾਲੀ ਨੇ ਉਹਨਾਂ ਨੂੰ ਦੇਖੋ ਦੇਖ ਫਿਰ ਪਹਿਲਾਂ ਵੀ ਵਧੀਆ ਕਰਾਉਂਦੇ ਸੀ ਸਾਡੇ ਇਲਾਕੇ 'ਚ ਹੋਣ ਲੱਗ ਗਈਆਂ ਬਾਲੀ ਮੰਡੀ ਕਲਾਂ ਚੀਨਾ ਮਾਨਸਾ ਦੁੱਲਾ ਗਰੇਵਾਲ ਟੀਟੂ ਕੋਟਮਾਨਾ ਅਤੇ ਪਰਮਿੰਦਰ ਡੂਮ ਛੇੜੀ ਉੱਧਰ ਕਰਾਉਂਦੇ ਨੇ ਹੁਣ ਮਾਝੇ 'ਚ ਵੀ ਬਾਜੀਆਂ ਹੁਣ ਬਾਜੀਆਂ ਬਹੁਤ ਵਧੀਆ ਹੁੰਦੀਆਂ ਹੁਣ ਕਿਤੇ ਕੋਈ ਰੌਲਾ ਨਹੀਂ ਹਾਂਜੀ ਬਹੁਤ ਵਧੀਆ ਸਾਡੇ ਹਿਸਾਬ ਨਾਲ ਆਪਾਂ ਇਹ ਲਾਈਏ ਵੀ ਜਦੋਂ ਦੇ ਕਲੱਬਾਂ ਦੀ ਸ਼ੁਰੂਆਤ ਹੋਈ ਸੀ ਇੱਕ ਵਾਰੀ ਥੋੜ੍ਹਾ ਜਿਹਾ ਕੋਈ ਗ੍ਰਾਫ ਕਬੂਤਰਬਾਜ਼ੀ ਦਾ ਥੱਲੇ ਆ ਗਿਆ ਸੀ ਲੇਕਿਨ ਜਿਹੜੇ ਹੁਣ ਤੁਸੀਂ ਆ ਕਲੱਬਾਂ ਦੇ ਨਾਂ ਲਏ ਆ ਉਹਨਾਂ ਮਤਲਬ ਇਹ ਬਹੁਤ ਵਧੀਆ ਇੱਕ ਬਹੁਤ ਵਧੀਆ ਕਲੱਬ ਬਣ ਚੁੱਕੇ ਆ ਅਤੇ ਇਹਨਾਂ ਦੀਆਂ ਬਹੁਤ ਵਧੀਆ ਬਾਜੀਆਂ ਹੋ ਗਈਆਂ ਹਾਂਜੀ ਜਿਵੇਂ ਕਿ ਆਪਣੇ ਪਹਿਲਾਂ ਏਰੀਏ ਦੇ ਵਿੱਚ ਮੋਟਰਸਾਈਕਲ ਜਾਂ ਹੋਰ ਨਾਮ ਨਹੀਂ ਹੁੰਦੇ ਸੀ ਆਪਣੇ ਏਰੀਏ ਦੇ ਵਿੱਚ ਵੀ ਹੁਣ ਵਧੀਆ ਬਾਜੀਆਂ ਹੋਣ ਲੱਗ ਗਈਆਂ ਹਾਂਜੀ ਬਹੁਤ ਵਧੀਆ ਹੋਣ ਲੱਗ ਗਈਆਂ ਜੀ ਤੁਸੀਂ ਵੀ ਜਾਂਦੇ ਹੋ ਉੱਧਰ ਘੱਟ ਜਾਂਦੇ ਹੋ ਆ ਕੇ ਦੇਖਿਓ ਚੀਨਾ ਮਾਨਸਾ ਨਾਲ ਗੱਲੂ ਮੋੜ ਜੀ ਸਹਿਯੋਗ ਦਿੰਦੇ ਨੇ ਵੀ ਮਤਲਬ ਤੁਹਾਨੂੰ ਦੱਸਿਆ ਵੀ ਕਬੂਤਰੀ ਕਈ ਵਾਰ ਨਾ ਹੋ ਜਾਂਦੀ ਹੈ ਗੱਲ ਹੋ ਜਾਂਦੀ ਹੈ ਜੀ ਹਾਂਜੀ ਉਹ ਹੈ ਪਰ ਇਹਨਾਂ ਬਾਜੀਆਂ 'ਚ ਤਾਂ ਕੋਈ ਬਹੁਤ ਵਧੀਆ ਬਾਜੀ ਬਹੁਤ ਹੀ ਸਿਰੇ ਹੀ ਹੈ ਜੀ ਹਾਂਜੀ ਅਤੇ ਚਾਹੀਦੀ ਆ ਵੀ ਇਹ ਜੀ ਜੋ ਕਿ ਆਪਣੇ ਕਲੱਬ ਵੀਰਾਂ ਨੇ ਬਣਾਏ ਆ ਹਾਂਜੀ ਅਤੇ ਬਹੁਤ ਵਧੀਆ ਮਤਲਬ ਅਗਲੇ ਸਾਲ ਕਲੱਬ ਉਹੀ ਰਹਿੰਦਾ ਜੀ ਉਹਦੀ ਬਾਜੀ ਵਧੀਆ ਹੋ ਬਾਕੀ ਇੱਧਰ ਹਠਾੜ ਕਲੱਬ ਬਣਾਇਆ ਨਿਸ਼ਾਨ ਜੀ ਪੁਰਾਣੇ ਇਹ ਲਿਖਿਆ ਸੀਗਾ ਸਾਰੇ ਇਹਨੇ ਦੱਸਤੇ ਪਹਿਲਾਂ ਆਪਾਂ ਨਾਲ ਹੀ ਵੀਰ ਨਿਸ਼ਾਨ ਨਾਲ ਗੱਲ ਕਰਦੇ ਹਾਂ ਬਾਈ ਜੀ ਨਾਲ ਗੱਲ ਬਾਅਦ 'ਚ ਕਰਾਂਗੇ ਹਾਂਜੀ ਵੀਰ ਜੀ ਤੁਸੀਂ ਵੀ ਆਓ ਸਾਡੇ ਕੋਲ ਇੱਥੇ ਕਿਉਂਕਿ ਇਹਨਾਂ ਨੇ ਜ਼ਿਕਰ ਛੇੜਿਆ ਤੁਹਾਡਾ ਹਾਂਜੀ ਤੁਸੀਂ ਜ਼ਿਕਰ ਕੀਤਾ ਸੀ ਬਾਈ ਜੀ ਨਿਸ਼ਾਨ ਦਾ ਆਪਣੇ ਨਾਲ ਬਾਈ ਜੀ ਨਿਸ਼ਾਨ ਵੀ ਆ ਚੁੱਕੇ ਆ ਜੀ ਬਾਈ ਜੀ ਨੇ ਜ਼ਿਕਰ ਕੀਤਾ ਤੁਹਾਡੇ ਕਲੱਬ ਬਾਰੇ ਹਾਂਜੀ ਅਤੇ ਉਹਦੇ ਬਾਰੇ ਪਾਓ ਜੀ ਜਾਣਨਾ ਤੁਹਾਡਾ ਕਲੱਬ ਦੀ ਸ਼ੁਰੂਆਤ ਕਦੋਂ ਹੋਈ ਸੀ ਅਤੇ ਉਹਦੀਆਂ ਜਿਹੜੀਆਂ ਮਤਲਬ ਕਿ ਤੁਸੀਂ ਕੌਣ ਕੌਣ ਮੈਂਬਰ ਹੋ ਕਲੱਬ ਦੇ ਵਿੱਚ ਇਹ ਸਾਰੇ ਖਿਡਾਰੀ ਵੀਰਾਂ ਨੂੰ ਚਾਨਣਾ ਪਾਓ ਜੀ ਤੁਸੀਂ ਹਾਂਜੀ ਪਹਿਲਾਂ ਤਾਂ ਜੀ ਬਾਈ ਭਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਨਿੱਕੀ ਬਾਈ ਬਾਬਾ ਜੀ ਮਤਲਬ ਕਿ ਬਹਿਣ ਜੋਗੇ ਦੇ ਸਾਨੂੰ ਕਰਤਾ ਤੁਸੀਂ ਅੱਜ ਨਾਲ ਭਾਲਿਆ ਅਤੇ ਇੱਕ ਇਹ ਜੀ ਕਲੱਬ ਪਤਾ ਕਿ ਖਾੜ 'ਚ ਬਹੁਤ ਪੁਰਾਣੀਆਂ ਬਾਜੀਆਂ ਬਾਈ ਹੋਰਾਂ ਨੇ ਦੱਸਿਆ ਜਿਵੇਂ ਚੱਲਦੀਆਂ ਸੀਗੀਆਂ ਪਰ ਪਹਿਲਾਂ ਤੋਂ ਘੱਟੋ ਘੱਟ 100 ਸਾਲ ਤੋਂ ਪਾਕਿਸਤਾਨ ਬਣਨ ਤੋਂ ਵੀ ਪਹਿਲਾਂ ਨਹੀਂ ਉਹ ਚੱਲਦੀਆਂ ਆਉਂਦੀਆਂ ਸੀਗੀਆਂ ਅਤੇ ਇੱਕ ਹੁਣ ਸਾਡੇ ਜਿਹੜਾ ਉਹ ਘਣੀਆਂ ਬਾਜਾ ਗਿੱਲ ਹੋਰਾਂ ਦਾ ਕਲੱਬ ਆ ਜੀ ਤਾਤੀ ਜੀ ਹੋਰਾਂ ਦਾ ਰਾਜ ਹੋਰਾਂ ਦਾ ਪਿਛਲੇ 3 ਸਾਲਾਂ ਨੂੰ ਸਾਡੇ ਖਾੜ 'ਚ ਬਹੁਤ ਵਧੀਆ ਬਾਜੀਆਂ ਕਰਾ ਰਹੇ ਆ ਜੀ ਉਹ ਜੀ ਅਤੇ ਉਹਨਾਂ ਨੂੰ ਵੇਖ ਕੇ ਜਿਵੇਂ ਇੱਕ ਬੰਦਾ ਵੀ ਮੋਟੀਵੇਟ ਹੋ ਜਾਂਦਾ ਵੀ ਆਪਾਂ ਵੀ ਕੁਛ ਕਰਵਾਈਏ ਅਤੇ ਉਹ ਇੱਕ ਨਵਾਂ ਉਪਰਾਲਾ ਕੀਤਾ ਸੀ ਹਠਾੜ ਕਲੱਬ ਬਣਵਾ ਕੇ ਹਠਾੜ ਕਬੂਤਰਬਾਜ਼ੀ ਕਲੱਬ ਨਵਾਂ ਬਣਾ ਕੇ
ਅਤੇ ਉਹਦੀਆਂ ਚਾਰ ਬਾਰੀਆਂ ਸੀ ਰੱਖੀਆਂ ਜੀ। ਉਹਦੇ ਵਿੱਚ ਰੋਗਨਾ ਜੀ ਸਾਧੂ ਵਾਲੇ ਤੋਂ, ਨਮਨਾ ਜੀ ਸ਼ੇਰ ਸਿੰਘ ਵਾਲੇ ਤੋਂ, ਗੁਰਪ੍ਰੀਤ ਵੜਿੰਗਾ ਜੀ ਅੰਕਲ ਜਗਨੰਦਨ ਦੇ ਬੇਟੇ ਵੜਿੰਗਾ ਤੋਂ ਜੀ, ਰਾਹੁਲ ਜੀ ਗੰਗਾ ਤੋਂ, ਅਤੇ ਆਪਣੇ ਭਲਵਾਨ ਜੀ ਹੈ ਬਲਜਿੰਦਰ ਪੋਪਲ ਫਰੀਦਕੋਟ ਵਾਲੇ ਜੀ, ਬਾਈ ਭੁੱਟੂਆ ਜੀ ਲੰਬ ਵਾਲੀ, ਅਤੇ ਆਪਣੇ ਬੂਟਾ ਜੀ ਬਰੀ ਵਾਲੇ ਤੋਂ, ਇਸ ਸਾਰੇ ਇਕੱਠੇ ਜੋ ਕਿ ਬਾਕੀ ਤਾਂ ਸਾਰੇ ਦੇ ਸੰਬੋਧਨਾਂ ਦੇ ਹੁੰਦਾ, ਮਤਲਬ ਕਿ ਇਹ ਮੇਨ ਮੈਂਬਰ ਆ ਜੀ ਉਹਦੇ, ਅਤੇ ਉਹਨੇ ਚਾਰ ਬਾਜੀਆਂ ਜੀ, ਅਤੇ ਉਹਨਾਂ ਚਾਰ ਬਾਜੀਆਂ 'ਤੇ ਦੋ ਮੋਟਰਸਾਈਕਲ ਦੇ ਰਹੇ ਹਾਂ ਜੀ ਅਸੀਂ, ਇੱਕ ਪੱਖੀ ਅਤੇ ਇੱਕ ਸਿੱਕਾਂ ਵਾਲੀ ਪਿੰਡ ਜੀ, ਅਤੇ ਉਹਦਾ ਕੋਈ ਵਿੱਚੋਂ ਪੈਸਾ ਨਹੀਂ, ਆਪ ਮਤਲਬ ਕਿ ਇੱਕ ਪ੍ਰਾਈਜ਼ ਕੋਈ ਦੇ ਰਹੇ ਹਾਂ ਜੀ, ਕਲੱਬ ਤੋਂ ਨਹੀਂ। ਬਹੁਤ ਵਧੀਆ ਜਿਹੜੀ ਗੱਲ ਕਹੀ ਆ ਭਾਈ ਨਿਸ਼ਾਨ ਨੇ, ਕਿ ਜੋ ਵੀ ਆਪਾਂ ਬਾਜੀ ਦੇ ਵਿੱਚ ਇਨਾਮ ਦਿੰਦੇ ਹਾਂ ਜੀ, ਅਤੇ ਇਹ ਆਪਦੀ ਜੇਬ 'ਚੋਂ ਦੇ ਰਹੇ ਹਾਂ ਜੀ, ਜਿੰਨੇ ਵੀ ਚਾਹੇ ਤਾਂ ਉਹ ਇਹਨਾਂ ਦੇ ਕਲੱਬ ਦੇ ਮੈਂਬਰ ਹੈ, ਚਾਹੇ ਕੋਈ ਸੱਜਣ ਵੀਰ ਆਪਦੇ ਕੋਲੋਂ ਹੋਰ ਦਿੰਦਾ ਹੋਊਗਾ, ਇਹ ਸਾਰੇ ਕਲੱਬ ਵੱਲੋਂ ਰਲ ਕੇ ਦਿੱਤੇ ਜਾਣ। ਹਾਂਜੀ, ਕੁਛ ਕਲੱਬ ਵੱਲੋਂ ਰਲ ਕੇ ਦਿੱਤੇ ਜਾਣਗੇ ਜੀ, ਕੁਛ ਇੱਕ ਆਪਣੇ ਦੋ ਮੁੰਡੇ ਐੱਨ ਆਰ ਆਈ ਜੀ, ਇੱਕ ਤਾਂ ਪੱਖੀ ਕਲਾਂ ਤੋਂ ਜੀ, ਇੱਕ ਮੁੰਡਾ ਉਹਨਾਂ ਦੇ ਸਹਿਯੋਗ ਨਾਲ ਜੀ, ਸਾਰਾ ਰਲ ਮਿਲ ਕੇ ਜਿਹਨਾਂ ਕੁਛ ਕੋਲੋਂ ਪਾ ਕੇ ਅਤੇ ਦੋ ਮੋਟਰਸਾਈਕਲ ਜੀ ਕੋਲੋਂ ਦੇਣੇ ਆ ਬਾਜੀਆਂ 'ਤੇ ਜੀ। ਹਾਂਜੀ, ਕਿਉਂਕਿ ਫਿਰ ਦੁਬਾਰਾ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ, ਜਿਹੜੀ ਆਪਣੀ ਗੇਮ ਹੈ, ਆਪਣੀ ਗੇਮ ਨੂੰ ਐੱਨ ਆਰ ਆਈ ਵੀਰ ਸਪੋਰਟ ਕਰ ਰਹੇ ਆ ਬਹੁਤ, ਮਤਲਬ ਅੱਜ ਕੋਈ ਵੀ ਦੇਸ਼ ਹੈ ਵਰਲਡ ਦਾ, ਸਾਰਿਆਂ ਦੇ ਆਪਾਂ ਨਾਂ ਨਹੀਂ ਲੈ ਸਕਦੇ, ਬਹੁਤ ਦੇਸ਼ ਹੈ, ਅਤੇ ਹਰ ਇੱਕ ਦੇਸ਼ 'ਚੋਂ ਐੱਨ ਆਰ ਆਈ ਵੀਰ ਹੈ ਜਿਹੜਾ ਆਪਦੀ ਆਵਾਜ਼ ਚੁੱਕਦਾ ਅਤੇ ਆਪਣੇ ਨਾਲ ਖੜਦਾ, ਉਹਨਾਂ ਲਈ ਅਸੀਂ ਦੁਬਾਰ ਤੋਂ ਫਿਰ ਧੰਨਵਾਦ ਕਹਿਣਾ ਚਾਹਾਂਗੇ ਐੱਨ ਆਰ ਆਈ ਵੀਰਾਂ ਨੂੰ, ਕਿ ਉਹ ਸਪੋਰਟ ਕਰ ਰਹੇ ਜੀ ਕਬੂਤਰਬਾਜ਼ੀ ਲਈ, ਅਤੇ ਆਪਣੇ ਵੀ ਕਲੱਬ, ਕੋਈ ਵੀ ਕਲੱਬ ਹੈ ਜੀ, ਚਾਹੇ ਉਹ ਅਠਾੜ ਦਾ ਹੈ, ਚਾਹੇ ਲੁਧਿਆਣੇ ਦਾ ਕਲੱਬ ਹੈ, ਚਾਹੇ ਕਿਤੇ ਦੁਆਬੇ 'ਚ ਕਲੱਬ ਹੈ, ਹਰ ਇੱਕ ਕਲੱਬ ਨੂੰ ਐੱਨ ਆਰ ਆਈ ਵੀਰ ਨਾਲ ਸਹਿਯੋਗ ਦੇ ਰਹੇ ਆ ਜੀ, ਅਤੇ ਤੁਹਾਡੇ ਵੀ ਕਲੱਬ ਨੂੰ ਐੱਨ ਆਰ ਆਈ ਵੀਰ ਸਹਿਯੋਗ ਦੇ ਰਹੇ ਆ। ਇਹ ਜਿਹੜੀ ਕਲੱਬ ਦੀਆਂ ਤੁਸੀਂ ਐਤਕੀ ਬਾਜ਼ੀਆਂ ਰੱਖੀਆਂ, ਐਤਕੀ ਕਲੱਬ ਦੀ ਸ਼ੁਰੂਆਤ ਕੀਤੀ ਜਾਂ ਪਹਿਲਾਂ? ਨਹੀਂ ਜੀ, ਇਹਨਾਂ 'ਚ ਪਹਿਲਾਂ ਵੀ ਸੀਗੇ, ਉਦੋਂ 2 ਸਾਲ ਪਹਿਲਾਂ ਬਾਈ ਮੁਸ਼ੀ ਕੋਲ ਸਾਡੇ ਨਾਲ ਸੀਗੇ ਕਲੱਬ ਮੈਂਬਰ ਸੀਗੇ, ਅਤੇ ਉਦੋਂ ਵੀ ਹੁੰਦਾ ਸੀ ਬਾਜ਼ੀਆਂ ਜੀ, ਪਿੱਛੇ ਜੀ ਫਿਰ ਉਹ ਨਾ ਆਪਣੇ ਉੱਥੇ ਹੀ ਬਾਜ਼ੀਆਂ ਆ ਗਈਆਂ ਜੀ ਆਪਣੇ ਵਿੱਚ, ਉਹ ਘੜੀਆਂ ਕਲੱਬ ਬਣ ਗਈਆਂ ਜੀ, ਫਿਰ ਸਾਨੂੰ ਐਂ ਲੱਗਿਆ ਉਹ 8-10 ਬਾਜ਼ੀਆਂ ਸੀ ਉੱਥੇ ਵੀ, ਚਲੋ ਉਹ ਬਹੁਤ ਵਧੀਆ ਕਮੇਟੀ ਹੈ ਜੀ, ਉਹ ਬਈ ਗਿੱਲ ਹੈ, ਤੇਲ ਹੈ, ਰਾਜ ਹੈ ਵਿੱਚ ਬਰੀ ਵਾਲਾ ਜੀ, ਅਤੇ ਆਪਣੇ ਕਿੰਨੇ ਸੁੱਖਣ ਵਾਲੇ ਤੋਂ ਹੈ ਜੀ ਮੰਡੂ ਫਰੀਦਕੋਟ ਨਾਮ ਦੇ, ਉਹ ਸਾਨੂੰ ਐਂ ਲੱਗਿਆ ਵੀ ਉਹ ਬਾਜ਼ੀਆਂ ਬਹੁਤ ਵਧੀਆ ਵੀ, ਆਪਾਂ ਉਹਨਾਂ ਨੂੰ ਥੋੜ੍ਹਾ ਜਿਹਾ ਕਰੀਏ ਵੀ ਉਹ ਵਧੀਆ ਬਾਜ਼ੀਆਂ ਵਿੱਚ ਨਾ ਆਪਾਂ ਇੰਟਰਫੇਅਰ ਕਰੀਏ, ਉਹ ਐਤਕੀ ਫਿਰ ਉਹਨਾਂ ਨੇ ਥੋੜ੍ਹਾ ਜਿਹਾ 2-3 ਬਾਜ਼ੀਆਂ ਘਟਾ ਦਿੱਤੀਆਂ, ਉਹਨਾਂ ਨੇ ਬਾਜ਼ੀਆਂ ਬੰਦ ਕਰਤੀਆਂ, ਤੋਂ ਚੱਲ ਤਿੰਨ ਅਸੀਂ ਫਿਰ ਤਿਆਰ ਕਰਤੇ ਹਾਂ, ਕੰਮ ਚੱਲਦਾ ਰਹੇ, ਕੰਮ ਚੱਲਦਾ ਰਹੇ। ਸੋ ਇਹ ਤਾਂ ਅਸੀਂ ਵੀਰ ਜੀ ਨਿਸ਼ਾਨ, ਜੋ ਕਿ ਭਾਕਸਰ ਮੁਕਤਸਰ ਸਾਹਿਬ ਦੇ ਨੇੜੇ ਇਹਨਾਂ ਦਾ ਪਿੰਡ ਹੈ, ਇਹਨਾਂ ਦੇ ਪਿੰਡ ਵੀ ਇੱਕ ਬਾਜੀ ਹੁੰਦੀ ਹੁੰਦੀ ਹੈ ਜੀ ਭਾਕਸਰ, ਬਹੁਤ ਵਧੀਆ ਹੁੰਦੀ ਹੁੰਦੀ ਹੈ, ਅਤੇ ਸੋ ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਦੁਬਾਰਾ ਤੋਂ ਫਿਰ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ। ਠੀਕ ਹੈ, ਜਿਹੜੇ ਪੁਰਾਣੇ ਬਜ਼ੁਰਗਾਂ ਦਾ ਤੁਸੀਂ ਨਾਮ ਲਿਆ, ਕਿਹੜੀ ਕਿਹੜੀ ਉਹ ਬਜ਼ੁਰਗ ਖਿਡਾਰੀ ਆ ਜਿਨ੍ਹਾਂ ਨਾਲ ਤੁਸੀਂ ਬਾਜ਼ੀਆਂ ਦੇ ਵਿੱਚ ਕਬੂਤਰ ਛੱਡੇ? ਪਹਿਲਾਂ ਆਪਾਂ ਹਠਾੜ ਤੋਂ ਹੀ ਗੱਲ ਕਰਦੇ ਹਾਂ ਜੀ, ਹਠਾੜ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਖਿਡਾਰੀ ਸੀਗੇ, ਰੋਡਾ ਹੋ ਗਿਆ ਜੀ, ਭਾਗ ਹੋ ਗਿਆ, ਇਹਨਾਂ 'ਚੋਂ ਨਾ ਜੀ ਮੈਂ ਬਾਬੇ ਰੋਡੇ ਨੂੰ ਹੀ ਦੇਖਿਆ ਹੋਇਆ, ਅਸੀਂ ਬਾਜੀ ਨਹੀਂ ਛੱਡੀ ਜੀ, ਅਸੀਂ ਬਾਜੀ ਦੇਖਣ ਵੱਗ ਗਏ ਜੀ, ਨਿੱਕੇ ਵਾਲੀ ਭੁੰਦੜਾ ਸਾਡੇ ਕੋਲ ਕਿਤੇ ਹੈ ਨਾ ਉੱਥੇ ਜੀ, ਅਤੇ ਮੇਰੀ ਉਦੋਂ ਉਮਰ 16-15 ਸਾਲ ਹੋਊਗੀ ਜੀ, ਅਸੀਂ ਦੇਖਣ ਲੱਗ ਗਏ ਸਾਡੇ ਪਿੰਡ ਦਾ ਨਿਹੰਗ ਸੀਮਾ, ਬਸ ਸਾਨੂੰ ਤਾਂ ਇਹੀ ਚਾਅ ਹੋ ਗਿਆ ਉੱਥੇ ਵੀ ਬਾਬਾ ਰੋਡਾ ਹੈ, ਉਹਦੇ ਨਾਲ ਨਿਹੰਗਾਂ ਜਾਣ ਪਛਾਣ ਸੀ ਬਾਬੇ ਰੋਡੇ ਦੀ, ਚਲੋ ਕਰਤਾ ਮੇਰੀ ਤਾਂ ਹੱਥ ਚਮਰਾਉਣ ਦੀ ਕੀ, ਬੱਚੇ ਦੀ ਨਹੀਂ ਹੋਣ ਦਾ 15-16 ਸਾਲ, ਚਲੋ ਜੀ ਕਬੂਤਰ ਕਬਾਤਰ ਛੱਡਤੇ, ਮੈਂ ਤਾਂ ਘੰਟੇ ਤੋਂ ਬਾਅਦ ਮੈਂ ਉਹਨੂੰ ਕਹਿ ਦੂੰ ਮੈਨੂੰ, ਮੈਂ ਕਿਹਾ ਮੈਨੂੰ ਤਾਂ ਫਿਰ ਬਾਬੇ ਰੋਡੇ ਨੂੰ ਦਿਖਾ ਕੇ ਲੈ ਗਿਆ ਜੀ, ਬਾਗੇ ਅਸੀਂ ਫਿਰ ਉਹਨੇ ਦੱਸਤਾ ਕਹਿੰਦਾ ਵੀ ਆਹ ਲੜਕਾ ਤੁਹਾਨੂੰ ਮਿਲਣਾ ਚਾਹੁੰਦਾ, ਚਲੋ ਜੀ ਮੈਂ ਰੋਟੀ ਰੁਟੀ ਖਾਧੀ ਵੀ ਆਪਾਂ ਪਿੰਡ ਚੱਲੀਏ, ਚਲੋ ਦੇਖ ਲਿਆ ਸਾਰਾ ਕੁਛ, ਜੋ ਪਿੰਡ ਜਾਣ ਲੱਗੇ ਫਿਰ ਮਨ 'ਚ
ਯਾਰ ਮੈਂ ਤਾਂ ਬਾਬੇ ਛੋਟੇ ਨੂੰ ਕਿਹਾ ਫਿਰ ਦੇਖਣ ਦੁਬਾਰਾ ਚਾਹ ਇਹੋ ਜਿਹਾ ਹੁੰਦਾ ਹੈ ਬਸ ਮੈਂ ਇਹਨਾਂ ਨਾਲ ਨਹੀਂ ਜੀ ਬਾਜੀਆਂ ਛੱਡੀਆਂ ਇਹ ਸੁਣੇ ਹੀ ਨਹੀਂ ਬਸ ਸਰਦਾਰ ਧੰਨਾ ਸਿੰਘ ਨੂੰ ਵੀ ਦੇਖਿਆ ਹੋਇਆ ਜੀ ਉਹਨਾਂ ਨਾਲ ਕਦੇ ਕੋਈ ਬਾਜੀ ਛੱਡੀ ਹੋਵੇ ਨਹੀਂ ਜੀ ਉਹਨਾਂ ਨਾਲ ਨਹੀਂ ਛੱਡੀ ਉਹਨਾਂ ਨਾਲ ਬਾਜੀ ਕਿਆ ਤਾਂ ਕੋਈ ਸੁਣਿਆ ਵੀ ਉਹ ਵੀ ਹਠਾੜਦੇ ਸੀ ਉੱਥੇ ਜਿਹੜਾ ਤੁਹਾਡੇ ਮਾਨਸਾ ਏਰੀਆ ਚਲੇ ਗਏ ਸੀ ਜਗੇ ਉਹਨਾਂ ਨਾਲ ਕੋਈ ਬਾਜੀ ਤੁਸੀਂ ਉਹਨਾਂ ਨਾਲ ਹਾਂਜੀ ਛੱਡੀਆਂ ਸੀ ਪੰਜ ਚਾਰ ਵਾਜੀਆਂ ਹਾਂਜੀ ਉਹਨਾਂ ਨਾਲ ਇੱਕ ਵਾਰੀ ਸਾਡੀ ਘਰਾਂਗਣੇ ਸਮਝੀ ਹੋ ਗਈ ਸੀ ਸ਼ਾਇਦ ਚਲੋ ਆਪਾਂ ਗੱਲ ਦੁਬਾਰਾ ਫਿਰ ਉਹਨਾਂ ਦੀ ਕਰਦੇ ਹਾਂ ਬਾਬਾ ਜੀ ਭਾਗ ਦੀ ਹਾਂਜੀ ਤੁਸੀਂ ਜਦੋਂ ਉਹਨਾਂ ਨੂੰ ਦੇਖਿਆ ਬਾਬੇ ਰੋਡੇ ਨੂੰ ਦੇਖਿਆ ਜੀ ਬਾਬੇ ਰੋਡੇ ਨੂੰ ਹਾਂਜੀ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਉਦੋਂ ਉਹ ਬਹੁਤ ਚੋਟੀ ਦੇ ਸਟਾਰ ਹੋਣਗੇ ਬਿਲਕੁਲ ਜੀ ਉਹ ਪਹਿਲਾਂ ਤੋਂ ਹੀ ਸੀ ਪਹਿਲਾਂ ਤੋਂ ਸੀ ਕੀ ਭਾਵਨਾ ਰਹੀ ਤੁਹਾਡੇ ਅੰਦਰ ਦਿਲ ਦੀ ਕੀ ਆਵਾਜ਼ ਸੀ ਉਸ ਟਾਈਮ ਦੀ ਵੀ ਵਾਰ ਵਾਰ ਤੁਸੀਂ ਜ਼ਿਕਰ ਕੀਤਾ ਵੀ ਮਿਲਣਾ ਚਾਹੁੰਦੇ ਹੋ ਹਾਂਜੀ ਕੀ ਫੀਲ ਹੁੰਦਾ ਸੀ ਅੰਦਰੋਂ ਦਿਲ ਤੋਂ ਕੀ ਫੀਲ ਹੁੰਦਾ ਸੀ ਬਸ ਇਹੀ ਸੋਚਦੇ ਸੀ ਵੀ ਕਦੇ ਪਰਮਾਤਮਾ ਕਿਰਪਾ ਕਰੂਗਾ ਆਪਣੇ ਤੇ ਵੀ ਜੀ ਵੀ ਆਪਣੇ ਕਦੇ ਕੋਈ ਬਾਜੀ ਜਿੱਤ ਲਾਂਗੇ ਜਾਂ ਇਹਨਾਂ ਵਾਂਗੂ ਸਾਨੂੰ ਸਾਡੇ ਕਬੂਤਰ ਉੱਡ ਜਾਣਗੇ ਸਾਡੇ ਉਹਨਾਂ ਜਿੰਨੇ ਨਹੀਂ ਉੱਡੇ ਉਹ ਤਾਂ ਮਤਲਬ ਬਹੁਤ ਜ਼ਿਆਦਾ ਵੱਡੇ ਪਲੇਅਰ ਸੀ ਪਰ ਸਾਡੀ ਉਹ ਜਿਹੜੀ ਮੇਰੇ ਮਨ 'ਚ ਆਈ ਕੁਛ ਨਾ ਕੁਛ ਪਰਮਾਤਮਾ ਨੇ ਉਹ ਪੂਰੀ ਕਰੀ ਵੀ ਸਾਡੇ ਵੀ ਕਬੂਤਰ ਯਾਰ ਕਦੇ ਬਾਜੀ ਜਿੱਤ ਲੈਣ ਹਾਂਜੀ ਕੁਛ ਨਾ ਕੁਛ ਨਹੀਂ ਜੀ ਮੈਨੂੰ ਅਸੀਂ ਬਹੁਤ ਅੱਜ ਉਡੀਕਾਂਗੇ ਜੀ ਤਿੰਨ ਕਦੋਂ ਵੱਜਣਗੇ ਬਾਈ ਜੀ ਮਿਲਕੀ ਨੂੰ ਮਿਲਣਾ ਜੀ ਅਸੀਂ ਤੁਹਾਡੀ ਵੀਡੀਓ ਦੇ ਜ਼ਰੀਏ ਸੋ ਅੱਜ ਵੀ ਤੁਹਾਡਾ ਨਾਂ ਜੋ ਤੁਹਾਡੇ ਅੰਦਰ ਦਿਲ ਦੀ ਫੀਲ ਸੀ ਨਾ ਇੱਕ ਵੀ ਆਪਾਂ ਵੀ ਇਸ ਮੁਕਾਮ 'ਤੇ ਆ ਕੇ ਖੜੀਏ ਸ਼ਾਇਦ ਪਰਮਾਤਮਾ ਨੇ ਅੱਜ ਤੁਹਾਨੂੰ ਉਸ ਮੁਕਾਮ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ ਨਹੀਂ ਪਰਮਾਤਮਾ ਦੀ ਕਿਰਪਾ ਬਹੁਤ ਹੈ ਜੀ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਰਕਾਰ ਖੜੇ ਵਾਲੀਆਂ ਜਾਂ ਕੁਛ ਨਹੀਂ ਇਹ ਤਾਂ ਫਿਰ ਸ੍ਰੀ ਜੀ ਅੱਗੇ ਕਹਿੰਦੇ ਆ ਜੀ ਤੁਹਾਡੇ ਜਿਹੜੇ ਫੋਲੋਅਰ ਹੈ ਜਿਹਨਾਂ ਨੂੰ ਆਪਾਂ ਉਹਦੇ ਫਰੈਂਡ ਕਹਿ ਦਿੰਦੇ ਹਾਂ ਜਿਹਨੂੰ ਆਪਾਂ ਚਾਹੁੰਦੇ ਹਾਂ ਉਹਦੇ ਨਾਲ ਜਿਵੇਂ ਤੁਸੀਂ ਜਸਬੀਰ ਸਿੰਘ ਨੂੰ ਮੰਨਿਆ ਉਹ ਤੁਹਾਨੂੰ ਅੱਜ ਦਾ ਸਟਾਰ ਮੰਨਦੇ ਆ ਜੀ ਦੁਨੀਆਂ ਦਾ ਉਹਨਾਂ ਨੇ ਖਿਤਾਬ ਦਿੱਤਾ ਸਾਨੂੰ ਅੱਜ ਤੀਕਰ ਨਾ ਤਾਂ ਕੋਈ ਇੰਨੇ ਵਿਊ ਮਿਲੇ ਆ ਨਾ ਹੀ ਕੋਈ ਫੋਨ ਕਾਲ ਆਏ ਆ ਠੀਕ ਹੈ ਜਿੰਨੇ ਵੀ ਆਪਣੇ ਵਰਲਡ ਦੇ ਵਿੱਚ ਖਿਡਾਰੀ ਵੀ ਆ ਜੀ ਤੁਹਾਨੂੰ ਅੱਜ ਜਿਹੜਾ ਪਹਿਲੇ ਨੰਬਰ ਤੇ ਲਿਆ ਕੇ ਖੜਾ ਕੀਤਾ ਜੀ ਉਹਨਾਂ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦਾ ਜਿਹੜੇ ਭਰਾ ਚਾਹੁੰਦੇ ਨੇ ਬਹੁਤ ਵਧੀਆ ਕਿਉਂਕਿ ਆਪਾਂ ਨੂੰ ਆਪ ਨਹੀਂ ਪਤਾ ਲੱਗਦਾ ਸਾਡਾ ਚੈਨਲ ਆ ਸਾਡੇ ਚੈਨਲ ਦੇ ਜ਼ਰੀਏ ਸਾਨੂੰ ਪਤਾ ਲੱਗਦਾ ਕਿ ਕਿਸ ਖਿਡਾਰੀ ਨੂੰ ਕਿੰਨੇ ਕੁ ਲੋਕ ਚਾਹੁੰਦੇ ਆਉਂਦੇ ਨੇ ਕਿ ਸਾਡਾ ਵੀ ਫਰਜ਼ ਹੈ ਕਿ ਖਿਡਾਰੀ ਵੀਰਾਂ ਤੱਕ ਅਸੀਂ ਪੂਰੀ ਦੀ ਪੂਰੀ ਗੱਲ ਪਹੁੰਚਾਈਏ ਸੋ ਵੀਰੋ ਗੱਲ ਇਹ ਹੈ ਵੀ ਅੱਜ ਜੋ ਇਹਨਾਂ ਦੇ ਦਿਲ ਦੇ ਵਿੱਚ ਫੀਲ ਸੀ ਅੱਜ ਇਹਨਾਂ ਨੂੰ ਉਸੇ ਪਬਲਿਕ ਨੇ ਉਸੇ ਖਿਡਾਰੀ ਵੀਰਾਂ ਨੇ ਪਹਿਲੇ ਨੰਬਰ ਦਾ ਦਰਜਾ ਦਿੱਤਾ ਜੀ ਅਤੇ ਇਨਸਾਨ ਵੀ ਦੱਸ ਦਈਏ ਕਿ ਇੰਨੇ ਚੰਗੇ ਇਨਸਾਨ ਹੈ ਕਿ ਇੱਕ ਵੀਰ ਨੇ ਰਿਕਾਰਡਿੰਗ ਪਾਈ ਹੈ ਕਾਫੀ ਫੋਨ ਆ ਗਏ ਮੈਨੂੰ ਮਿਲੀ ਨਹੀਂ ਮੈਂ ਪਾਲੂੰਗਾ ਜ਼ਰੂਰ ਕਿ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਦੇ ਵੀ ਕਿਸੇ ਖਿਡਾਰੀ ਦੇ ਉੱਤੋਂ ਦੀ ਮੋਢੇ ਉੱਤੋਂ ਦੀ ਨਹੀਂ ਥੁੱਕਿਆ ਠੀਕ ਹੈ ਬਹੁਤ ਸਾਦੀ ਜ਼ਿੰਦਗੀ ਠੀਕ ਅਤੇ ਹਰ ਇੱਕ ਨੂੰ ਜਦੋਂ ਵੀ ਮਿਲੇ ਹੈ ਆਪਦਾ ਪ੍ਰਭਾਵ ਛੱਡਿਆ ਉਹਨਾਂ ਨੇ ਠੀਕ ਹੈ ਵੀ ਕੋਈ ਨਿੱਕੀ ਕਾਮੀ ਵਾਲਾ ਹੈ ਸੋ ਵਧਾਈ ਦਿੰਦੇ ਹਾਂ ਜੀ ਅੱਜ ਤੁਹਾਡਾ ਜਿਹੜਾ ਉਹ ਸੁਪਨਾ ਸੀ ਪੂਰਾ ਹੋ ਗਿਆ ਸੁਪਨਾ ਤਾਂ ਪੂਰਾ ਹੁਣ ਇਹ ਹੈ ਜੀ ਸ਼ਾਇਦ ਮੈਂ ਉਹਦੇ ਕਿਹਾ ਹੋਵੇ ਇਹ ਗੱਲ ਨਾ ਵੀ ਵਕੀਲ ਸਾਹਿਬ ਦੀ ਬਹਿਣੀ ਵਾਲਿਆਂ ਦੀ ਅਤੇ ਪਰਮਾਤਮਾ ਦੀ ਇੰਨੀ ਕੁ ਕਿਰਪਾ ਹੋ ਚੁੱਕੀ ਹੈ ਵੀ ਇਦੋਂ ਬਾਅਦ ਪਰਮਾਤਮਾ ਨਹੀਂ ਬਖਸ਼ਣੀ ਉਮਰ ਆਪਾਂ ਨੂੰ ਇਹ ਨਹੀਂ ਪਤਾ ਪਿੰਡ ਜਾਵੇ ਇਹਨਾਂ ਦੇ ਜਿੰਨਾ ਚਿਰ ਅਸੀਂ ਬਾਜ਼ੀਆਂ ਛੱਡਾਂਗੇ ਬੇਸ਼ੱਕ ਇੱਕ ਬਾਜੀ ਵੀ ਨਾ ਅਸੀਂ ਜਿੱਤ ਗਏ ਹਿੱਸਾ ਬਿਨਾਂ ਕੇ ਤੁਰ ਗਏ ਪਰ ਸੰਤੁਸ਼ਟੀ ਉੱਨੀ ਕੁ ਸਾਡੀ ਹੋ ਚੁੱਕੀ ਵੀ ਕੋਈ ਗੱਲ ਨਹੀਂ ਯਾਰ ਹਾਂਜੀ ਬਹੁਤ ਵਧੀਆ ਜੀ ਹਾਂਜੀ
हाँ जी हूँ अपने नाल जो कि जानते हो पग बनी है शायद कुछ खिडारी भी तुम ना पछाण सकन वो ने बई जी मूशी मूलियां वाली तो एक पहला तो धन्यवाद करते हैं जी मैं तुम्हें फोन किया आए साढ़े घर वो थोड़ा धन्यवाद करते हैं तो अपना खिडारी वीर दसो जी कि क्लब है कदों आप जिहड़ियां बाजियां की शुरुआत की अगर बहुत खुशी का दिन है थोड़े नाल बई जी गुरजंट सिंह भी आए हैं उन्होंने भी गलबात करावे जी आओ जी चलना अपने खिडारी वीर पहला तो जी सारे तो पहला मैं इतने भाई राजविंदर गामिया चीना मानसा भाई महाराज तो भाई मानसा जी तो भाई गुरजंट सिंह तो भाई रमी मलोट तो निशान पाकसर तो जिन्हें भी मित्र मंडली पहुंची सारे इतने पहुँचते जी रखता तो धन्यवाद करता उस तो बाद थोड़ा बहुत बहुत वाला धन्यवाद जोड़ा तुम एडा वा उपरला करके एडे एडे स्टार प्लेयर ने सानू भी दर्शन कराए तो लोगों के सामने सानू भी बोलने का मौका दिता अपना है जी चकड़ा साहब पहला तो ठाड़ क्लब अपने एरिए बहुत मशहूर से जिन्हों का पूरा सहयोग रहा मेरा मोडे ना मोडा जुड़ के उस तो बाद कुछ चिर क्योंकि अपने एरिए आप पिछे हो करके अपनी बैल्ट ना करके तो उस क्लबों मैं बहुत बाजिया छड़िया जाते रहे उस तो बाद एक्टिव फेयर जोड़ा आप उपरला किया सहयोग दिता बाई काका जी सिद्धू साहब कनेडा तो उन्होंने बहुत उपरला किया बाई गुरजंट सिंह आलमला के नाते आप क्लब बनाया वो आप तीन बाजिया रखी पहला पांच रखिया से फिर सारे भरावान ने कहा यार जा दी थोड़ी जी घट कर लो तीन बाजिया कीतिया एक आने वाली पीढ़ी में वैसे ये गल है भी जो असं नवा पूरना पाया शायद कई वीर ये गल बहुत ही चंकी लगेगी कई शायद ना लगेगी असी रोटी का उपरला जो पैसा बंद करता भी पुन दान करो जिन्हें भी करना है ये उपरला कर रोटी के पैसे ना कट्टे जातर में ही बाजी मिले मैं तो भाई मुढ़ तो लैके इस गलते सहमत सी भी जितन वाला ही जिदा कबूतर उड़ता है उसमें दिता जाए जिंदगी ना तो आप अपनी अखा के सामने कोई गलत काम कर दूर हो गया वे अखा तो उड़े तो वह परमात्मा जानता है तो बहुत ही वधिया उपरला क्लबा ने तुरै जिमें भाई जी अगे दस रहे सारी गल बारह बार दोहराता उसको जिक्र करने का कोई गल नहीं भाई जी कि सारी गल दसती है जिन्हें भी क्लबा ने उपरला किया इस करके सारे क्लबों सारे खिलाड़ी वीर मेरी तो यह बेनती है भी वधिया चंकी नीति चंकी सोच लैके चलो तो चंगे प्लेयर का हमेशा ही कदर करो आने वाला समा हर कदे आना है जिम्मे बई जी ने अगर सारी गल दसती कि असं भी चाहते होंगे छोटे छोटे होंगे बई जटे को बह जाएंगे अच उन्होंने गुगल च लैके मैं 30 साल टपाए हैं तो अच्छ बई जी के नाल मिले हैं पहली बार इन्नी मेरे खुशी हुई है बहुत ही वधिया मैं गल माण महसूस होया जी साढ़े इलाके चल के आए हो सू बहुत माण महसूस होया तो मेरे कोई ऐसा लफ्ज नहीं जहाँ मैं थोड़ा धन्यवाद करा इन्नी बेनती सारे प्रवान करो बहुत ही वधिया जी गल कही है मुशी वीर ने सब तो पहला इन्होंने जिक्र किया भी जी क्लबा च बाजिया हो रही जो रोटी का काम बंद किया जी सो लंगर की सेवा जी आप हम करा तो अपन अगे फल जरूर मिलेगा बिल्कुल सो बहुत बहुत थैंक यू बहुत वधिया लग्या गलबात करके हूँ इन्होंने नाल आए हुए ने जी एक अपने की नाम से जी इन्हों का अपने गलबात करते हैं जी आओ जी आओ जी भाई सब तो पहला तो बंसा महाराज जी असं जी आया आखते हैं थोड़ा कि अज बाई जी नाल तुसी साढ़े घर आए हो तो उस तो बाद आप गल करते हैं थोड़े शौक की कि बाई जी दे नाल तुहाडा मोह प्यार क्यों बनिया जी बाई जी मेरा 90-90 का भोली जी माँ का भो सी अपने को जी उदो बाई जी अपने को आए पहली पहली बार मैंने पूछ लग गई बाई जी कहते भी ऐ करके भी आप पुत्र दान कर फलाना तो गल कर जान लगे बाई जी मैं बाई जी कोई ले जाओ क्या असं तो कोई जोड़ नहीं बहुत थोड़ी मैं बाई जी कोई गल नहीं जानता ही बोलो तो साढ़ा लंडा लंडा मशहूर होया पुत्र मेरे प्यो ने छेड़े जसवीर नाल टाइम भी सी उन्हें दिन पूरी पट्ठी बाई जी ले गई सी आ गई उदू बाद बस फोन फोन से गल्ला वादिया फिर भरावान का प्यार उदू बाद
ਹਰ ਸਾਲ ਪੰਜ ਚਾਰ ਰਾਤੋਂ ਉੱਥੇ ਲਾ ਕੇ ਆਉਂਦਾ ਬਾਈ ਕੋਲ ਫਿਰ ਦੋ ਮਿੰਟ ਬਾਈ ਤੋਂ ਵੀ ਪੁੱਤਰ ਪੱਤ ਲਿਆਉਂਦੇ ਹਾਂ ਬਾਈ ਜੀ ਸੱਤ ਲੈ ਜਾਓ ਹੋਰ ਤੁਹਾਡੇ ਇਲਾਕੇ ਦੇ ਆਪਣੇ ਧੰਨਾ ਮਹਾਰਾਜ ਜੀ ਹਾਂਜੀ ਧੰਨਾ ਮਹਾਰਾਜ ਉਹਨਾਂ ਬਾਰੇ ਕੋਈ ਦੋ ਲਫ਼ਜ਼ ਕਹਿਣਾ ਚਾਹੁੰਦੇ ਉਹਨਾਂ ਨੇ ਜੀ ਸਾਡੇ ਪਿੰਡ ਦਾ ਨਾਂ ਚੁੱਕਾਇਆ ਤਾਂ ਜੀ ਧੰਨਾ ਜੀ ਬਹੁਤ ਅੱਛੇ ਇਨਸਾਨ ਸੀ ਵੈਸੇ ਉਹਨਾਂ ਨੇ ਗੱਲ ਮਾੜੀ ਮੋਟੀ ਚੁੱਪ ਕਰਨ ਦੀ ਆਦਤ ਸੀ ਜੀ ਕਿ ਉਹ ਨਸ਼ਾ ਤੋਂ ਸਾਨੂੰ ਮੁਕਤਾ ਖਾਂਦੇ ਸੀ ਅਤੇ ਚੋਰ ਖੋਲੀ ਸੀ ਬਾਕੀ ਸਾਡਾ ਘਰ ਵੀ ਉੱਥੋਂ ਡੇਢ ਦੋ ਕਿਲੋਮੀਟਰ ਸੀ ਜਦੋਂ ਵੀ ਰੌਲਾ ਪਾਉਂਦੇ ਮਤਲਬ ਆਵਾਜ਼ ਉੱਥੇ ਸੁਣਦੇ ਸੀ ਸ਼ਕੀਨ ਸੀ ਜਿਹੜੀ ਆਪਣੇ ਕਲੱਬ ਬਣਿਆ ਸੀ ਸ਼ੁਰੂਆਤ ਤੁਹਾਡੇ ਬਠਿੰਡੇ ਏਰੀਆ 'ਚ ਹੋ ਗਈ ਸੀ ਤੁਹਾਨੂੰ ਕਿਵੇਂ ਲੱਗਿਆ ਜਿਹੜੇ ਉਹ ਕਲੱਬ ਬਣੇ ਹੈ ਅੱਜ ਦੀਆਂ ਬਾਜ਼ੀਆਂ ਲਈ ਚੰਗੇ ਹੈ ਬਹੁਤ ਵਧੀਆ ਜੀ ਅੱਜ ਉਪਰਾਲਾ ਕੀਤਾ ਬਹੁਤ ਵਧੀਆ ਕਲੱਬ ਸੀ ਬਹੁਤ ਵਧੀਆ ਚੱਲਿਆ ਜੀ ਅਤੇ ਮੇਰੇ ਵੀ ਫਰੈਂਡ ਆ ਬਾਈ ਜੀ ਪ੍ਰੀਤ ਸਿੱਧੂ ਨਾਲ ਲਈ ਪਿੰਡ ਆ ਤੁਹਾਡਾ ਉਹਨਾਂ ਨੇ ਜ਼ਿਕਰ ਅੱਜ ਕੀਤਾ ਸੀ ਕਿ ਬਾਈ ਜੀ ਬਹੁਤ ਵਾਰੀ ਘਰੇ ਗਏ ਹੋ ਸ਼ਾਇਦ ਉਹਨਾਂ ਦੇ ਕਦੇ ਕਿਹੜੇ ਸੀ ਬਾਈ ਜੀ ਕਾਕਾ ਕੈਨੇਡਾ ਸਿੱਧੂ ਲਹਿਰਾ ਧੂੜ ਛੱਡਿਆ ਉੱਥੇ ਜਿੱਤ ਗਿਆ ਉਹਨਾਂ ਨੇ ਅੱਜ ਮੈਨੂੰ ਜ਼ਿਕਰ ਕੀਤਾ ਸੀ ਕਿ ਬਾਈ ਜੀ ਕਾਫੀ ਵਾਰੀ ਗਏ ਉਹਨਾਂ ਦੇ ਘਰੇ ਇਕੱਠੇ ਕਬੂਤਰ ਉਡਾਏ ਕਦੇ ਤੁਸੀਂ ਬਾਜੀਆਂ ਉਹਨਾਂ ਨਾਲ ਕਿ ਨਹੀਂ ਬਾਜੀ ਮੇਰੇ ਸੀ ਸਰਾਣੇ ਉਹਨਾਂ ਨੇ ਜੀ ਅੱਜ ਤੋਂ 10-15 ਸਾਲ ਬਾਅਦ ਸੋ ਇਹ ਸੀ ਬੰਸਾ ਮਹਾਰਾਜ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਪਲੇਅਰ ਹੈ ਜੀ ਇਹ ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਹਾਂਜੀ ਭਾਈ ਜੀ ਨਾਲ ਆਪਣੇ ਕੀ ਨਾਮ ਹੈ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਧੂਲਕੋਟ ਰਸੀਕ ਆ ਜੀ ਮੋਗਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਰਸੀਕ ਆ ਤੁਹਾਡਾ ਪ੍ਰੇਮ ਬਾਈ ਜੀ ਨਾਲ ਕਿਵੇਂ ਪਿਆ ਬਾਈ ਜੀ ਨਾਲ ਮੈਂ ਜੀ ਬਾਈ ਬਨਸਾ ਮਹਾਰਾਜ ਇਹਨਾਂ ਦਾ ਚੇਲਾ ਜੀ ਇਹਨਾਂ ਕੋਲ ਜਾਂਦੇ ਇਹਨਾਂ ਦੇ ਗਾਂ ਨਾਲ ਫਿਰ ਜੁਗੇ ਉੱਥੇ ਜਾਂਦੀ ਮੈਂ ਇਹਨਾਂ ਦੇ ਨਾਲ ਹੀ ਕੰਮ ਜਾਣੇ ਵੀ ਜਾਂਦਾ ਜੀ ਉੱਥੇ ਜਾ ਕੇ ਰਹਿ ਕੇ ਆਉਣਾ ਦੋ ਦੋ ਦਿਨ ਰਹਿ ਕੇ ਉਹਨਾਂ ਕੋਲ ਜੀ ਉੱਥੋਂ ਫਿਰ ਦੂਸਰਾਂ ਦੀ ਲੋੜ ਉਹ ਵੀ ਲੈ ਆਉਂਦੇ ਜੀ ਇਹਨਾਂ ਨੂੰ ਜੀ ਗਾਮੀ ਵਾਲੇ ਜਦੋਂ ਤੁਸੀਂ ਗਏ ਹੋ ਰਾਤ ਰਹੇ ਹੋ ਕਦੇ ਦੋ ਦੋ ਰਾਤਾਂ ਜੀ ਦੋ ਦੋ ਰਾਤਾਂ ਜੀ ਕਿਹੋ ਜਿਹਾ ਸੁਭਾਅ ਲੱਗਿਆ ਬਾਈ ਜੀ ਜੋ ਨਿੱਕੀ ਹੈ ਗਾਮੀ ਵਾਲਾ ਸੁਭਾਅ ਜੀ ਬਹੁਤ ਨਿੱਕਾ ਅਤੇ ਠੰਡੇ ਸੁਭਾਅ ਦੇ ਪੂਰੇ ਵਧੀਆ ਥੈਂਕ ਯੂ ਜੀ ਤੁਹਾਡਾ ਸੋ ਹੁਣ ਬੁਲਾਉਂਦੇ ਜੀ ਆਪਾਂ ਗੱਲਬਾਤ ਕਰਦੇ ਹਾਂ ਤੁਰ ਫਿਰ ਕੇ ਥੋੜ੍ਹੀ ਜੀ ਇੱਕ ਵੀਰ ਹੋਰ ਰਹਿ ਗਏ ਹੈ ਆਪਣੇ ਤਰਖਾਣ ਵਾਲੇ ਤੋਂ ਨਵੇਂ ਜੋ ਕਬੂਤਰ ਰੱਖੇ ਉਹਨਾਂ ਨੇ ਆਓ ਜੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਵੀ ਆਪਾਂ ਹਾਂਜੀ ਉਹ ਬੱਚੇ ਨੂੰ ਕਢਾ ਦਿਓ ਬੱਚੇ ਕੋਲ ਅੱਜ ਬਣਾਇਆ ਜੀ ਤਰਖਾਣ ਵਾਲੇ ਤੋਂ ਪਹਿਲਾਂ ਇਹ ਘੋੜਿਆਂ 'ਚ ਕਾਫੀ ਮਸ਼ਹੂਰ ਰਹੇ ਹੈ ਸੋ ਤੁਹਾਨੂੰ ਆਪਣੇ ਘੋੜਿਆਂ ਦਾ ਸ਼ੌਕ ਕੁਛ ਅਲੱਗ ਹੈ ਹਾਂਜੀ ਅਤੇ ਕਬੂਤਰਾਂ ਦਾ ਸ਼ੌਕ ਕਿੱਥੋਂ ਪਿਆ ਅੱਜ ਤੁਸੀਂ ਬਾਈ ਜੀ ਦੇ ਨਾਲ ਆਏ ਹੋ ਮਿੱਕੀ ਗਾਮੀ ਵਾਲਾ ਨਾਲ ਸ਼ਾਇਦ ਤੁਹਾਡੇ ਫਰੈਂਡ ਹੈ ਨਿਸ਼ਾਨ ਭਾਗਸਰ ਤੋਂ ਹਾਂਜੀ ਤੁਹਾਨੂੰ ਕਿਵੇਂ ਸ਼ੌਕ ਲੱਗਿਆ ਜੀ ਇਹ ਸ਼ੌਕ ਤਾਂ ਬਹੁਤ ਪੁਰਾਣਾ ਹੈ ਜੀ ਜਦੋਂ ਬਾਬਾ ਜੰਟਾ ਹੋਰੀ ਸਾਡੇ ਪਿੰਡ ਬਾਜ਼ੀਆਂ ਛੱਡਦੇ ਹੁੰਦੇ ਸੀ ਜੀ ਅਕਸਰ ਹੀ ਇਹਨਾਂ ਦੇ ਕਬੂਤਰ ਨਹੀਂ ਮੋੜਦਾ ਸੀ ਚੱਕ ਲੈਂਦੇ ਸੀ ਬਿਲਕੁਲ ਬਿਕੋਜ਼ ਇਹਨਾਂ ਦੇ ਕਬੂਤਰ ਅਕਸਰ ਹੀ ਆਪਣੀ ਕੋਠੀ 'ਤੇ ਬਹਿੰਦੇ ਸੀ ਜੀ ਅਤੇ ਮੈਨੂੰ ਸ਼ੌਕ ਬਹੁਤ ਸੀ ਜੀ ਬਟ ਬਾਅਦ 'ਚ ਮੋੜਨ ਲੱਗ ਪਏ ਜੀ ਜਦੋਂ ਪਤਾ ਸੂਹ ਆਉਣ ਲੱਗ ਪਈ ਥੋੜ੍ਹੀ ਵੀ ਪਤਾ ਲੱਗਣ ਲੱਗ ਪਿਆ ਜੀ ਵੀ ਅਗਲਿਆਂ ਦੀ ਮਿਹਨਤ ਹੈ ਬਹੁਤ ਮਿਹਨਤ ਕਰਕੇ ਕਬੂਤਰ ਤਿਆਰ ਹੁੰਦਾ ਫਿਰ ਆਪਾਂ ਚਲੋ ਮੋੜਤੇ ਜੀ ਉਹ ਸ਼ੌਕ ਤਾਂ ਸ਼ੁਰੂ ਤੋਂ ਹੀ ਸੀ ਫਿਰ ਹੁਣ ਜੀ ਚੀਨਾ ਹੀ ਨਾਲ ਜ਼ਿਆਦਾ ਹੋ ਗਿਆ ਮਿਲਣਾ ਆਉਣ ਜਾਣ ਹੋ ਗਿਆ ਚੀਨੇ ਕੋਲ ਬਈ ਨਿਸ਼ਾਨ ਕੋਲ ਉਹ ਫਿਰ ਦੁਬਾਰਾ ਫਿਰ ਚੱਲ ਪਿਆ ਜੀ ਇਹ ਤਾਂ ਤੁਹਾਡੀ ਅੱਜ ਦੀ ਸੋਚ ਹੈ ਹਾਂਜੀ ਕਿਉਂ ਹੁਣ ਤੁਹਾਡੀ ਉਮਰ ਕਾਫੀ ਹੋ ਗਈ ਕਿੰਨੀ ਉਮਰ ਹੋ ਗਈ ਜੀ 22 ਸਾਲ 22 ਸਾਲ ਦੀ ਜਦੋਂ ਗੁਰਜੰਟ ਸਿੰਘ ਦੇ ਕਬੂਤਰ ਤੁਹਾਡੀ ਕੋਠੀ ਤੇ ਬੈਠ ਜਾਂਦੇ ਸੀ ਉਦੋਂ ਕੋਈ ਟੌਫੀ ਦਾ ਲਾਲਚ ਕੋਈ ਬਿਸਕੁਟ ਦਾ ਲਾਲਚ ਨਹੀਂ ਦਿੰਦੇ ਸੀ ਸਾਡਾ ਕਬੂਤਰ ਮੋੜ ਦੇ ਨਹੀਂ ਜੀ ਲਾਲਚ ਨਾਲ ਨਹੀਂ ਮੋੜਦੇ ਸੀ ਜਿਹੜੀ ਚੀਜ਼ ਦਾ ਸ਼ੌਂਕ ਹੁੰਦਾ ਉਹ ਲਾਲਚ ਨਹੀਂ ਪੂਰਾ ਕਰਦੇ ਲਾਲਚ ਪੂਰਾ ਨਹੀਂ ਕਰਦਾ ਹਾਂਜੀ ਹੁਣ ਤੁਸੀਂ ਕਿੰਨੇ ਵਾਰੀ ਕਬੂਤਰ ਅੱਜ ਆਪਾਂ ਬੈਠੇ ਕਿੰਨੇ ਵਾਰੀ ਇਹਨਾਂ ਦਾ ਕਬੂਤਰ ਫੜਿਆ ਤੇ ਲੁਕੋਇਆ ਮੇਰੇ ਹਿਸਾਬ ਨਾਲ 2-3 ਵਾਰੀ ਹਨਾ ਮੋੜਦਾ ਇੱਕ ਕਬੂਤਰ ਬਾਹਰੀਆਂ ਬਾਜ਼ੀਆਂ ਜਿੱਤਿਆ ਮੋੜਦਾ ਜਿੰਨਾ ਨੇ ਮੋੜਦਾ ਆਪਣੇ ਪਿੰਡ ਨਾਨਕੇ ਜੀ ਇਹਨੇ ਸਕੀਰੀ ਰੱਖਦੇ ਜੀ ਆਪਣਾ ਕਿਸੇ ਨੇ ਰੱਖ ਰੁੱਖ ਲਿਆ ਤਾਂ ਵੀ ਨਹੀਂ ਆਪਾਂ ਕਦੇ ਮੰਗਿਆ ਠੀਕ ਹੈ ਵੇਖ ਲਓ ਜੀ ਮੁੰਡਾ ਸ਼ਰਾਰਤੀ ਹੈ ਥੋੜ੍ਹਾ ਜਿਹਾ ਅਤੇ ਚਿਹਰਾ ਦੇਖ ਲਓ ਤੁਸੀਂ ਆਉਣ ਵਾਲੇ ਸਮੇਂ ਦਾ ਇਹ ਵੀ ਇੱਕ ਆਪਣੇ ਸਟਾਰ ਪਲੇਅਰ ਹੋਊਗਾ ਜੀ ਕਿਉਂਕਿ ਉਹ ਏਰੀਆ ਬਹੁਤ ਵਧੀਆ ਜੀ ਤਰਖਾਣ ਵਾਲਾ ਨਾਲ ਉਡਾਂਗਾ ਬਾਂਬਾ ਪਿੰਡ ਜਿਹੜੇ ਬਾਜ਼ੀਆਂ ਲਈ ਬਹੁਤ ਮਸ਼ਹੂਰ ਹੈ ਸੋ ਪਰਮਾਤਮਾ ਅੱਗੇ ਦੁਆ ਕਰਾਂਗੇ ਕਿ ਜਿਹੜਾ ਤੁਹਾਡਾ ਸ਼ੌਕ ਹੈ ਉਹਨੂੰ ਪਰਮਾਤਮਾ ਬਹੁਤ ਬੁਲੰਦੀ ਤੱਕ ਲੈ ਕੇ ਜਾਵੇ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਹਾਂਜੀ ਹੁਣ ਆਪਣੇ ਨਾਲ ਮਲੋਟ ਤੋਂ ਆਪਣੇ ਰੰਮੀ ਵੀਰ
जो कि मेरे बहुत क्लोज फ्रेंड है ते नाल ही जो अपने भाई जी स्टार प्लेयर एक होर जो भाई जी मिक्की कामी वाला दे हुणे हुणे गुरु धार के गए अपने भाई जी टीटू कोटमाना उन्होंने भी ये बहुत वधिया फ्रेंड है जी। तो अज जो ही इन्हों पता लग्या कि भाई जी मिक्की कामी वाला इत्थे आ रहे है तो ये जो मैं गेट खोलिया तो गेट के खड़े सीगे जी। सो किन्नी क दिन दे विच पहला तो यह पुछांगे चाहत सी बाई जी नूं मिलन दी जिहड़ा तुसीं मेरा फोन कटदे सार ही मलोटों हो रहा वज्जे। सत श्री अकाल बाई जी पहला सारिआं नूं जी मतलब कि जिन्हें भी अपने वीर सारे जिम्मे मोशी होरी बाई जंटे होरी बाई जी होरां नूं तां आपां नहीं जाणदे सी जी। तो साडे चलो ठीक है भी बाई जी होरां कहिंदे कबूतर है गए साडे कोले जी। तो बाई जी होरां तों ही माड़ी मोटी खेड सीख ली चलो कुछ बंदा दिमाग नाल वध जांदा है जी। कबूतर उड़दे सी माड़ी मोटी बाई जी टीटू आया दो साल पहला साडे कोल जी सानू मिल नहीं असी आए थोनू मिलन सी उह तुसी है नहीं थोनू फोन भी कीता सी नाल हुंडा बाई सीगा बेगे तों जी। तो साडे कोल आया दे उहनां कोल जाणा है चलो थोनू फोन कीता तुसी किते बाहर गए मैं जयपुर सी हां जी मैनू बाई ने कबूतर कबातर वेखे मैनू आंदा वी कबूतर चंगे आ थोड़े कोल जी ते चंगियां बाजियां छड्डो इत्थे नेड़े नेड़े छड्डी आना साडे नी क्लब बहुत वधिया है चलो असीं उन्हां दी बंदे नूं ट्रेनिंग मिल जांदी बाई जी बारे सानूं दस्सिया उन्होंने कि गामी वाला बहुत वधिया प्लेयर है जे किसे गांह छड्डोंगे तां बंदे दा नाम बणदा है बाई जी तों मैं बहुत कुछ सिख्या है बाई जी दे नारे बाई जी ने उहनां वी आखणा वी आ खिडारी सीगे ते इन्हां नालों बाई जी उहनां दा वी बहुत अगे वधिया है मतलब कि कबूतरबाजी दे विच चलो असी उन्होंने बदौलत है कि गुरदेव क्लब च एंट्रियां करवाइया तो किला रायपुर कराई असी आप भी नहीं गए साडा ग्रुप है पांच सत्त मुंडिया का एक कबूतर डाने हैं एक मुंडा साडे नाल कोई गरीबा का है छरमिया का मुंडा है उन्होंने शौक ज्यादा है वो साडे कबूतर कबातर डा दिंदा है असी कबूतर छड्डिया किला रायपुर साडा बत्ती मिनट बाद उड्डिया जी बाई जीते उदे बाई टीटू नूं याद किया जो बाई जी ने कहा से तो अपने एरिए का भी नाम बनया चलो साडा भी कोई सानू लोग माड़े मोटे जानन लग गए तो होर बई आप बई जंटे होर मूछी होर अपने एरिए तो बई मूछी सब तो वधिया बाजी कराउंदे मूड़िया वाली आलम वाले कराउंदे जां अवल खराने वाले आ थोड़े नेड़े नेड़े छड्डदे सी चलो हौली हौली आ थोड़े प्यार नाल क्लब क्लुब बन के माड़ा मोटा दूर छड्डन लग गए लोगों का जान पछाण वध गई। हाँ जी बहुत बहुत और विक्की गामी वाले अज थोड़ी बदौलत मिल ले बहुत वधिया इंसान है सुनया जरूर सी बाई तो अज इन्होंने दर्शन हो गए अज यही है जी। जदों मैं जिक्र किया कि कुदरती इन्हों का फोन आया सी मैनू मैं क्या जी अज मैं फ्री नहीं बाई जी विक्की गामी वाले अपने घर आ रहे हैं मैं तो सोचा तुसी आ गए ठीक है पर गड्डी लैके नाल अपने इन्हों का बेटा जी तुहानू मतलब मिलन वास्ते अज स्पैशली आए है गर्मी च पिंड गर्मी च मिलावांगे कि असीं पंज सत्त मुंडे जिहड़े कबूतर डाउणे आ इकट्ठे साडा ग्रुप जां इन्ने नाल इन्ना भी दूर बाई बूई छड्डी जांदी है ते चलो अज तुसीं दर्शन करा दे बाई जी होरां दे ऐं वी चंगे प्लेयर है ते जो हम बाई जी होरां दे कहणू कितें अपने कोई क्लब बनता है बाई जी होरां ने नाम लिया भी पहलां वाले क्लब बहुत वधिया सी नवा बंदा थोड़ा जिहा हो सकदा इन्हां वर्गी तां ना खेड अपने चले पर जिवें बाई जी होरां ने भी वधिया खेडां बनाई है गां बाई मूछी होरी जिवें क्लब क्लुब अपने वधिया हैगे कबूतर बाजियां छडाउंदे आ बाई जंटे होरां तुसीं क्लब बनाया बाई होरां ने चलो हो सकदा इन्हां वर्गियां तां ना छुट्टण पर वधिया बाजियां कराउणगे बाई होरी भी जी। बहुत बहुत धन्यवाद थैंक यू थोड़ा बाई जी लिए क्लब खोलन लिए इतने आने मैं भी थोड़ा बहुत बहुत थैंक यू करदा रमी वीर तो आओ हूँ आप गलबात अगले खिडारी वीर नाल करते हैं जी। अगली आप गल करते हैं जी थोड़े नज़दीकी ठीक जिस दिन मैं इंटरव्यू कर गया काफ़ी वीर उत्थे देखे गए हैं सब तो नेड़ता कौन नेड़ता जो तुसी मतलब इत्थे आने हो जिक्र कीता सी इधर अपने नाल बैठे चीना जी की अपना रिलेशन है जी इन्हां नाल किवें दोस्ती पई की तुहाडे मन च इन्हां दे बारे विचार है नेड़ता वाली अपनी सड़न वाली है जी दूरी नहीं कदे वधाई जी ते जिहड़ा इहदे नाल है
ਬਸ ਐਂ ਕਹਿ ਲਓ ਬੇਟਾ ਹੀ ਹੈ ਮੇਰਾ ਜੀ, ਬਹੁਤ ਵਧੀਆ ਸਾਡੇ ਕਹਿਣਾ ਚਾਹੋਗੇ ਜੀ ਇਹਨਾਂ ਦੇ ਬਾਰੇ ਜੋ ਇਹਨਾਂ ਨੇ ਕਿਹਾ ਹੁਣ ਤੁਹਾਡੇ ਬਾਰੇ ਸਾਰੇ ਆਪਣੇ ਵੀਰ ਆਪਾਂ ਅਪਲੋਡ ਕਰਾਂਗੇ ਦੇਖਾਂਗੇ। ਹਾਂਜੀ ਸਾਰੇ ਭਰਾ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਅੱਜ ਜੀ ਮੈਨੂੰ ਮੌਕਾ ਮਿਲਿਆ ਬਾਈ ਜੀ ਦਾ, ਬਾਈ ਨੂੰ ਮੈਂ ਮਿਲਦੀ ਰਹਿੰਦਾ ਜੀ, ਜਦੋਂ ਬਾਈ ਨੇ ਮੈਨੂੰ ਬੇਟੇ ਦਰਜਾ ਦਿੱਤਾ। ਅੱਜ ਜੀ ਸਾਡੇ ਵੱਡੇ ਬਜ਼ੁਰਗ ਇੱਥੇ ਬਾਬਾ ਜੱਟਾ ਜੀ ਵੀ ਬੈਠੇ ਜੀ। ਬਾਈ ਜੀ ਮੈਂ ਵੀ ਹਰ ਸਾਲ ਬਾਜੀ ਕਰਾਉਂਦਾ ਜੀ ਪਿੰਡ ਤਾਮਕੋਟ, ਬਾਈ ਜੀ ਦੇ ਬਾਈ ਵੱਲੋਂ ਮੌਕੇ ਦੇ ਕੇ ਭੇਟਾ ਕਰਾਉਂਦਾ ਜੀ। ਬਾਈ ਜੀ ਦੀ ਬਾਜੀ ਹੋਈ ਹੈ ਜਿਹੜੀ ਮੈਂ ਬਾਜੀ ਕਰਾਉਣਾ, ਅਤੇ ਇਸ ਵਾਰ ਵੀ ਜੀ 20 ਮਈ ਦੀ ਬਾਜੀ ਹੈ ਜੀ। ਉੱਥੇ ਜੀ ਮੈਂ ਬਾਈ ਜੀ ਦਾ ਵੀ ਸਨਮਾਨ ਕਰਨਾ ਹੈ, ਅਤੇ ਬਾਈ ਬਾਂਸਾ ਮਹਿਰਾਜ ਜੀ ਦਾ ਵੀ ਕਰਨਾ ਜੀ, ਅਤੇ ਬਾਈ ਜੱਗਾ ਕਲਾ ਰਾਜਪੁਰ ਅਤੇ ਬਾਈ ਵੱਲੋਂ ਮੋੜੋ ਸਨਮਾਨ ਕਰਨਾ ਜੀ ਜੀ। ਅਤੇ ਸਾਰੇ ਭਰਾ ਜਿਹੜੇ ਜੀ ਆਪਣੇ ਬਾਈਆਂ ਨੂੰ ਪਿਆਰ ਕਰਦੇ ਆ ਮੇਰੀ ਬਾਜੀ ਦੇ ਆਉਣ ਜੀ, ਅਤੇ ਅਸੀਂ ਅਸੀਂ ਬਾਜੀਆਂ ਕਰਾਉਂਦੇ ਰਹਾਂਗੇ ਬਾਈ, ਅਤੇ ਧੰਨਵਾਦ ਜੀ ਸਰ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਲਓ ਜੀ ਹੁਣ ਆਖਿਰ ਦੇ ਵਿੱਚ, ਆਖਿਰ ਦੇ ਵਿੱਚ ਜਿਵੇਂ ਕਹਿੰਦੇ ਆ ਨਾ ਦੋ ਬੱਬਰ ਸ਼ੇਰ, ਦੋ ਬੱਬਰ ਸ਼ੇਰ ਆਪਣੇ ਜੋ ਇੰਡੀਆ ਦੇ, ਕਿਉਂਕਿ ਬਾਈ ਜੀ ਨੂੰ ਬੜਾ ਪਿਆਰ ਸਤਿਕਾਰ ਮਿਲ ਰਿਹਾ ਬਾਈ ਜੀ ਨਿੱਕੀ ਗਾਮੀ ਵਾਲੇ ਨੂੰ, ਅਤੇ ਨਾਲ ਹੀ ਉਹਨਾਂ ਦੇ ਬੈਠੇ ਗੁਰਜੰਟ ਸਿੰਘ ਆਲਮਾਲਾ, ਨਾਲ ਹੀ ਉਹਨਾਂ ਦੇ ਗੁਰਜੰਟ ਸਿੰਘ ਆਲਮਾਲਾ ਬੈਠੇ ਹੈ, ਜੋ ਕਿ ਆਪਦੀ ਜਿਹੜੀ ਉਹਨਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀਗੀ ਕਬੂਤਰਬਾਜ਼ੀ 'ਚ ਸ਼ੁਰੂਆਤ ਕੀਤੀ ਹੈ। ਉਹਨਾਂ ਦਾ ਜਿਹੜਾ ਸੁਭਾਅ ਹੈ ਕਬੂਤਰਬਾਜ਼ੀ ਦੇ ਵਿੱਚ ਬਹੁਤ ਵੱਡਾ ਨਾਮ, ਅੱਜ ਤੀਕਰ ਸ਼ਾਇਦ ਜਿਹੜਾ ਸਾਡਾ ਏਰੀਆ ਦੱਸ ਦਈਏ ਮਲੋਟ ਹਬੋਰ ਮੁਕਤਸਰ, ਇੱਦੂ ਵੱਡਾ ਨਾਂ ਕੋਈ ਵੀ ਨਹੀਂ ਹੋਣਾ। ਪਿੱਛੇ ਜੇ ਇਹਨਾਂ ਦੇ ਕਬੂਤਰ ਚੋਰੀ ਹੋ ਗਏ ਸੀ, ਆਪਾਂ ਲਾਈਵ ਹੋਏ ਸੀ, ਅਤੇ ਉਹਦੇ ਵਿੱਚ ਜਿਹੜੇ ਆਪਾਂ ਲਾਈਵ ਹੋਏ ਸੀ 2100 ਬੰਦੇ ਨੇ ਜਿਹੜੀ ਇਹਨਾਂ ਦੀ ਵੀਡੀਓ ਸ਼ੇਅਰ ਕੀਤੀ ਸੀ, ਦੱਸ ਦਈਏ 2100 ਬੰਦੇ ਨੇ ਵੀਡੀਓ ਸ਼ੇਅਰ ਕੀਤੀ ਸੀ, ਜਿਹਦੇ ਵਿੱਚ 50% ਲੋਕ ਜਿਨ੍ਹਾਂ ਦਾ ਕਬੂਤਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਕਬੂਤਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਹ ਕਬੂਤਰਾਂ ਬਾਰੇ ਜਾਣਦੇ ਵੀ ਨਹੀਂ ਕਬੂਤਰ ਹੁੰਦੇ ਕੀ ਚੀਜ਼ ਹੈ। ਲੇਕਿਨ ਜਿਹੜੀ ਹਮਦਰਦੀ ਪਿਆਰ ਉਹਨਾਂ ਵੀਰਾਂ ਨੇ ਬਾਈ ਜੀ ਜਿਹੜੇ ਸਾਡੇ ਗੁਰਜੰਟ ਸਿੰਘ ਆ ਉਹਨਾਂ ਲਈ ਹਮਦਰਦੀ ਵਿਖਾਈ ਸੀ, ਪਹਿਲਾਂ ਤਾਂ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਜੀ ਕਿ ਬਹੁਤ ਮਤਲਬ ਉਹ ਵੀਰਾਂ ਨੇ ਸਹਿਯੋਗ ਦਿੱਤਾ। NRI ਵੀਰ ਜਿੰਨੇ ਵੀ ਬਾਹਰ ਬੈਠੇ ਆ, ਆਸਟ੍ਰੇਲੀਆ, ਅਮੈਰੀਕਾ, ਕਨੇਡਾ, ਹਰ ਇੱਕ ਵੀਰ ਨੇ ਮੈਥੋਂ ਇਹਨਾਂ ਦਾ ਨੰਬਰ ਲਿਆ, ਹਰ ਇੱਕ ਵੀਰ ਨੇ ਮੈਨੂੰ ਫੋਨ ਕੀਤਾ ਕਿ ਬਜ਼ੁਰਗਾਂ ਨੂੰ ਕੋਈ ਕਬੂਤਰਾਂ ਦੀ ਲੋੜ ਹੋਵੇ, ਕੋਈ ਹੋਰ ਹੈਲਪ ਦੀ ਲੋੜ ਹੋਵੇ ਤਾਂ ਅਸੀਂ ਬੈਠੇ ਹਾਂ। ਉਹਨਾਂ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ। ਜਦੋਂ ਆਪਣੀ ਆਪਾਂ ਲਾਈਵ ਹੋਏ ਸੀ ਜੀ ਵੀਡੀਓ 'ਤੇ, ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿਉਂਕਿ ਉਸ ਤੋਂ ਬਾਅਦ ਆਪਣੀ ਮੁਲਾਕਾਤ ਨਹੀਂ ਹੋਈ ਸੀ। NRI ਵੀਰ ਜਿੰਨੇ ਵੀ ਬਾਹਰ ਆ ਜਾਂ ਇੱਥੇ ਵੀ, ਇੱਕ ਆਪਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਹੋ ਗਿਆ, ਲੁਧਿਆਣਾ ਹੋ ਗਿਆ, ਕਾਫ਼ੀ ਵੀਰਾਂ ਨੇ ਉਦੋਂ ਕਮੈਂਟ ਵੀ ਪਾਏ ਸੀ ਕਿ ਬਾਬਾ ਜੀ ਦਾ ਸ਼ੌਕ ਨਹੀਂ ਮਰਨਾ ਚਾਹੀਦਾ, ਕਬੂਤਰਾਂ ਦੀ ਲੋੜ ਹੈ, ਪੈਸੇ ਦੀ ਲੋੜ ਹੈ। ਇੱਕ ਦੋ NRI ਵੀਰ ਤਾਂ ਇੰਗਲੈਂਡ ਦੇ ਵਿੱਚ ਬੈਠੇ, ਉਹਨਾਂ ਨੇ ਕਿਹਾ ਸੀ ਵੀ ਜੇ ਕਬੂਤਰ ਮੁੱਲ ਮਿਲਦੇ ਆ, ਜਿੰਨੇ ਵੀ ਮਿਲਦੇ ਆ ਸਾਨੂੰ ਦੱਸੋ, ਅਸੀਂ ਮੁੱਲ ਲੈ ਕੇ ਦਿੰਦੇ ਹਾਂ, ਕਿਸੇ ਵੀ ਖਿਡਾਰੀ ਤੋਂ ਚੰਗੇ ਕਬੂਤਰ ਬਾਬਾ ਜੀ ਨੂੰ ਲੈ ਕੇ ਦਿਓ। ਦੂਜੀ ਗੱਲ ਬਾਈ ਜੀ ਜਦੋਂ ਮੈਂ ਲਾਈਵ ਹੋਇਆ ਸੀ ਉਦੋਂ ਹੀ ਬਾਈ ਮੰਡੀ ਕਲਾਂ ਤੋਂ ਬਾਲੀ, ਉਹਦੇ ਕੋਲ ਹਲੇ ਆਪਾਂ ਜਾਣਾ, ਤੁਹਾਡਾ ਜਿਹੜਾ ਕਬੂਤਰ ਮਸ਼ਹੂਰ ਹੋਇਆ ਸੀ ਲੁੱਡਣ, ਉੱਥੋਂ ਦੇ ਕਿਸੇ ਬੰਦੇ ਨੇ ਚੱਕ ਲਿਆ ਸੀ, ਸੋਰੀ ਮੈਂ ਉਹਦਾ ਨਾਂ ਭੁੱਲ ਗਿਆ। ਅੱਜ ਵੀ ਉਹਨਾਂ ਦੇ ਕੋਲ ਉਹਨਾਂ ਦੀ ਜਿਹੜੀ ਔਲਾਦ ਹੈ, ਕਰੀਬ 25-30 ਪੱਠੇ ਉਹਨਾਂ ਨੇ ਮੈਨੂੰ ਦੱਸਿਆ ਵੀ 25-30 ਪੱਠੇ ਬੈਠੇ ਸਾਡੇ ਕੋਲ, ਅਸੀਂ ਤੁਹਾਨੂੰ ਦੋ ਜੋੜੇ ਜਾਂ ਇੱਕ ਜੋੜਾ ਗਿਫਟ ਕਰਨੇ ਆ, ਜਿਹੜਾ ਵੀ ਬਾਈ ਜੀ ਕਹਿਣਗੇ ਵੀ ਮੈਨੂੰ ਆਹ ਕਬੂਤਰ ਚਾਹੀਦਾ। ਸੋ ਉਹਨਾਂ ਵੀਰਾਂ ਦਾ ਵੀ ਅਸੀਂ ਜੀ ਕਰਦੇ ਹਾਂ ਥੈਂਕ ਯੂ। ਅਤੇ ਹੁਣ ਆਪਣੇ ਸਾਹਮਣੇ ਦੋ ਸੀਨੀਅਰ ਪਲੇਅਰ ਬੈਠੇ ਆ ਜੀ, ਅਤੇ ਤੁਸੀਂ ਕੋਈ ਆਪਦੀਆਂ ਇਕੱਠੀਆਂ ਬਾਜੀਆਂ ਛੱਡੀਆਂ ਜੀ, ਆਪਦੀਆਂ ਯਾਦਾਂ ਚਾਨਣਾ ਪਾਓ ਖਿਡਾਰੀ ਵੀਰਾਂ ਲਈ, ਗੱਲਬਾਤ ਕਰੋ, ਕਿਉਂਕਿ ਮੈਂ ਜਿੰਨੀ ਕਿ ਇੰਟਰਵਿਊ ਕਰਾਉਣੀ ਸੀ ਤੁਹਾਡੇ ਨਾਲ ਕਰਾ ਕੇ, ਤੁਸੀਂ ਗੱਲਬਾਤ ਦਰਿਆ ਆਪਦਾ ਸਟਾਰਟ ਕਰੋ ਜੀ। ਇੰਨਾ ਤਾਂ ਨਹੀਂ ਜੀ ਪਤਾ ਹੋਣਾ, ਉਦੋਂ ਸਾਨੂੰ ਤਾਂ ਕੋਈ ਪੁੱਛਦਾ ਨਹੀਂ ਸੀ ਜੀ, ਇਹ ਸਟਾਰ ਸੀ ਜੀ, ਅਤੇ ਅੱਗੇ ਹੀ ਅਸੀਂ ਇਕੱਠੇ, ਮੈਂ ਇਹਨਾਂ ਨੂੰ ਦੇਖਿਆ ਮਤਲਬ ਜੀ ਬਹੁਤ ਸਾਲ ਪਹਿਲਾਂ, ਉਹ ਬਾਜੀ ਮੈਨੂੰ ਪਤਾ ਨਹੀਂ ਕੀ ਬਣਿਆ, ਉਹ ਇਹ ਮੇਰੇ ਯਾਦ ਕਿਹੜਾ ਹਾਂਜੀ ਬਹਿਣੀ ਵਾਲ ਵੀ ਮਿਲੇ ਹਾਂਜੀ ਹਾਂਜੀ
ਉਹ ਜਦੋਂ ਜਾ ਰਵਿੰਦਰ ਬਾਜੀ ਬੱਝੀ ਹੋਈ ਸੀ ਜਿੱਥੇ ਤੁਹਾਡੀ ਕਬੂਤਰੀ ਸ਼ਾਇਦ ਗਵਾਚ ਗਈ ਸੀ, ਚਖੇੜਾ ਵੀ ਆ ਗਿਆ ਸੀ ਉਸ ਕਬੂਤਰੀ ਬਾਰੇ ਥੋੜਾ ਜਿਹਾ ਦੱਸੋ ਵੀਰਾਂ ਨੂੰ, ਕਿਉਂਕਿ ਉਸ ਕਬੂਤਰੀ ਨਾਲ ਇੱਕ ਥਾਂ ਮੈਂ ਵੀ ਬਾਜੀ ਛੱਡੀ ਸੀ, ਮੈਂ ਵੀ ਤੁਹਾਡੇ ਨਾਲ ਮਤਲਬ ਬੜਾ ਮਾਣ ਮਹਿਸੂਸ ਕੀਤਾ ਸੀ। ਸ਼ਾਇਦ ਉਹ ਗੱਲ ਸੀ ਆਪਣੇ ਅਵਲ ਖਾਣੇ, ਅਵਲ ਖਾਣੇ ਜਿਹੜੀ ਤੁਹਾਡੀ ਕਬੂਤਰੀ ਜਿੱਤੀ ਹੈ, ਉਦੋਂ ਮੈਂ ਬੜਾ ਮਾਣ ਮਹਿਸੂਸ ਕੀਤਾ ਸੀ ਕਿ ਗੁਰਜੰਟ ਸਿੰਘ ਦਾ ਤੇ ਮੇਰਾ ਤੇ ਇੱਕ ਕੋਈ ਤੁਹਾਡਾ ਹੀ ਕਬੂਤਰ ਚੱਕਿਆ ਸੀ ਨਿੰਗ ਨੇ, ਆਪਣੇ ਤਿੰਨ ਕਬੂਤਰ ਰਹਿ ਗਏ ਸੀ, ਆਪਣੇ ਚ ਸਾਂਝੀ ਹੋ ਗਈ ਸੀ। ਮੈਂ ਬੜਾ ਮਤਲਬ ਉਸ ਦਿਨ ਖੁਸ਼ ਸੀ ਕਿ ਐਡੇ ਵੱਡੇ ਸੀਨੀਅਰ ਪਲੇਅਰ ਦੇ ਨਾਲ ਮੇਰਾ ਕਬੂਤਰ ਮਿਲਿਆ ਗਿਆ। ਉਸ ਕਬੂਤਰੀ ਬਾਰੇ ਜ਼ਰੂਰ ਦੱਸੋ ਤੁਸੀਂ, ਕਿਉਂਕਿ ਜਦੋਂ ਤੁਹਾਡੀ ਆਪਾਂ ਇੰਟਰਵਿਊ ਕੀਤੀ ਸੀ ਉਸ ਕਬੂਤਰੀ ਦਾ ਆਪਾਂ ਜ਼ਿਕਰ ਨਹੀਂ ਕੀਤਾ, ਕਾਫੀ ਬਾਜ਼ੀਆਂ ਜਿੱਤੀਆਂ ਸੀ ਉਸ ਕਬੂਤਰੀ ਨੇ, ਸ਼ੁਰੂਆਤ ਕਿੱਥੋਂ ਕੀਤੀ ਸੀ, ਸਟਾਰਟ ਕਰੋ ਜੀ ਉਸ ਗੱਲ ਤੋਂ। ਛੱਡੀ ਸੀ ਜੀ, ਰਹਿ ਕੇ ਕਲਾ ਦਲਜੀਤ ਦੇ ਪਿੰਡ ਜੀ, ਉੱਤਰ ਉੱਤਰ 15-16 ਵਜੇ ਉੱਥੇ ਛੱਡ ਪੀ ਕੇ ਫਿਰ ਜਿੱਦਣ ਚ ਪਾ ਕੇ ਜਿਵੇਂ ਬਾਈ ਗੱਲ ਕਰਦਾ ਹੀ ਨਹੀਂ, ਠੀਕ ਮੈਂ ਬਾਈ ਬਣਦਾ ਨਹੀਂ ਤਾਂ ਮੇਰਾ ਕਬੂਤਰ ਚੱਕਿਆ ਸੀ ਪੈ ਗਿਆ, ਮੈਂ ਨਹੀਂ ਲੈਣਾ ਉਹ ਦਿਨ ਚ ਪਾ ਗਿਆ ਬਰਾਬਰ ਹੀ ਉੱਨੀ ਦੀ ਬਾਈ, ਮੈਂ 11 ਦਿਨਾਂ ਤੋਂ ਉਹ ਕਬੂਤਰੀ ਫਿਰ ਛੱਡ ਦਿੱਤੀ ਵੱਡੇ ਚੁੱਕੇ। ਅੱਛਾ ਵੱਡੇ ਚੁੱਕੇ ਛੱਡ ਪੀ ਦੇ ਉੱਤੇ ਅਸੀਂ ਪੈ ਰਹੇ ਵੀ ਨਹੀਂ ਕੱਲ੍ਹ ਬਹਿਣਾ ਬਹਿਣਾ, ਠੀਕ ਉਹ ਕੀਤਾ ਮਰੋ ਗਾਇਆ ਨਹੀਂ ਸੀ ਤੇ ਬਾਈ ਕੱਚੀ ਕਰ, ਮੈਂ ਉਹਨੂੰ ਆਖਿਆ ਕਿ ਉਹ ਕਰੀ ਪਹਿਲਾਂ ਬਹਿਣ ਆ ਗਈ ਸੀ ਜੋ ਅੱਗੇ ਮੈਂ ਮੈਂ ਵੇਖੀ ਬਹਿਣ ਆਈ ਨਹੀਂ ਕਬੂਤਰ ਲੈ ਕੇ ਆਏ ਸੀ ਬੀਜੀ ਹੈ ਕਿਹੜੀ ਨਸਲ ਚੋ ਸੀ ਉਹ ਜਿਹੜੀ ਕਬੂਤਰੀ ਸੀ ਤੁਹਾਡੇ ਕੋਲੇ, ਕਿਹੜੀ ਨਸਲ ਚੋ ਕਬੂਤਰੀ ਸੀ ਬਾਈ? ਕਬੂਤਰੀ ਕਾਪੇ ਕਿਲੇ ਰਾਜਪੁਰ ਵਾਲਾ ਉਹਨਾਂ ਦਾ ਦਾਦਾ ਸੀ ਭਾਗ, ਉਹਨੇ ਚੋਰ ਬੜੀ ਬਾਈ ਛੱਡੀ ਆਪਣੇ ਗਵਾਂਢੀ ਰੱਖੇ ਸੀ ਸਾਡੇ ਨਾਲ ਮੁੰਡੇ ਨੇ ਪਿੰਦਰ ਉੱਥੋਂ ਕੱਢ ਲਏ ਉਹ ਉੱਥੋਂ ਲਾਭ ਕਰ ਗਈ ਵੀ ਮੈਂ ਲੈ ਗਿਆ ਸੀ ਸੁਖਮਿੰਦਰ ਤੋਂ ਜਗੇ ਵਾਲੇ ਤੋਂ ਤੁਹਾਡੇ ਕਬੂਤਰ ਸੀ ਦੋ ਛਤਰੀ ਲਗਾ ਰੱਖੇ ਸੀ, ਉਹ ਮੈਨੂੰ ਕਹੇ ਇੱਕ ਲੈ ਜਾ, ਮੈਂ ਜਦ ਮੈਂ ਤਾਂ ਦੋਨੀ ਲੈ ਕੇ ਜਾਣੇ ਨੇ, ਉਹਨੇ ਇਹ ਗੱਲ ਵੀ ਕਰੀ ਕਹਿੰਦਾ ਜਾਨ ਕੱਢ ਕੇ ਲੈ ਗਏ, ਬਾਕੀ ਉਹਦੀ ਜਾਨ ਸੀ ਸਾਡੇ ਕੋਲ ਬਹੁਤ ਬਹੁਤ ਬਾਜ਼ੀਆਂ ਜਿੱਤੇ ਉਹਨਾਂ ਦੀ ਔਲਾਦ ਨਾ ਅੱਗੇ ਬਹੁਤ ਹੁੰਦੇ ਬਹੁਤ ਹੀ ਹੁੰਦੇ, ਆਪਣੇ ਕਬੂਤਰ ਚੋਰੀ ਹੋ ਗਏ ਮੈਨੂੰ ਹਰੇਕ ਭਰਾ ਨੇ ਤੁਸੀਂ ਬੜੇ ਦੁਖੀ ਦਇਆ ਆਖਿਆ ਮੈਨੂੰ ਬਾਈ ਬੰਸੇ ਨੇ ਵੀ ਆਖਿਆ ਨਹੀਂ ਸਾਰੇ ਬਾਈ ਨਿਸ਼ਾਨ ਕੇ ਵੀ ਆਏ ਕੋਈ ਗਰੀਬਾ ਨਹੀਂ, ਮੈਨੂੰ ਕੋਈ ਬੰਦਾ ਜੀ ਨਹੀਂ ਆਖਿਆ ਕਬੂਤਰ ਨਾ ਲਿਆ, ਹਰੇਕ ਬੰਦੇ ਨੇ ਜੀਤਾ ਤੈਨੂੰ ਨਵਾਲ ਕੀ ਸਾਰੇ ਸੋਡਾ ਨਾ ਸਾਰੇ ਹਰੇਕ ਬਾਈ ਬੰਸੇ ਨੇ ਆਖਿਆ ਦੁਆਰੀ
ਮੈਂ ਮੇਰਾ ਸ਼ੌਕ ਵਜੇ ਹੀ ਘੱਟ ਗਿਆ ਹੁਣ ਹੁਣ ਦਾਈ ਬੂਰੀ ਵੇਖ ਲਿਆ ਜੀ ਬਾਈ ਮੁਸ਼ੀ ਕੋਲੇ ਮੈਂ ਜਿਹੜੇ ਪਿੰਡ ਆ ਉਹਦੇ ਕੋਲੇ ਸ਼ੌਕ ਪੂਰਾ ਕਰ ਲਿਆ ਮੈਂ ਜੀਤਾ ਵੀ ਖੁੱਲ੍ਹੇ ਦਿਲ ਵਾਲਾ ਬੰਦਾ ਉਹ ਵਧੀਆ ਬੰਦਾ ਨਹੀਂ ਬਹੁਤ ਵਧੀਆ ਜੀ ਤਾਰੀ ਕੋਲੇ ਤੁਹਾਡਾ ਫੋਨ ਨੀ ਹੋਣਾ ਹਾਂਜੀ ਹਾਂਜੀ ਤੇ ਤਾਰੀ ਨੇ ਮੈਨੂੰ ਫੋਨ ਕਰਿਆ ਸੀ ਕਹਿੰਦਾ ਵੀ ਪੁੱਛੋ ਤਾਰੀ ਦੇ ਅਖਬਾਰ ਬ੍ਰਦਰ ਨੇ ਨਾ ਭਰਾ ਦੋਨੇ ਹਾਂਜੀ ਹਾਂਜੀ ਬਹੁਤ ਚੰਗੇ ਉਹ ਜਿੱਤੇ ਆਪਾਂ ਉਹ ਦੇਵਾਂਗੇ ਫਿਰ ਤੁਸੀਂ ਕਿਹਾ ਵੀ ਅਸੀਂ ਨਹੀਂ ਹਾਂ ਮੈਂ ਕਿਹਾ ਜੀ ਬਹੁਤ ਇਕੱਠੀ ਰਹਿੰਦੇ ਨੇ ਤਾਰੀ ਹਾਂਜੀ ਇਕੱਠੇ ਇਕੱਠੇ ਹੀ ਇਹਨਾਂ ਨੂੰ ਸਾਰੇ ਤਾਰੀ ਉਹਨਾਂ ਦੀ ਬਾਜ਼ੀ ਛੱਡਦੇ ਰਹੇ ਜਦ ਚੰਗੇ ਰਹੇ ਆਪਣੇ ਨਾਲ ਠੀਕ ਹੈ ਛੱਡੀ ਤੈਨੂੰ ਕਿੰਨੇ ਜਿੱਤੇ ਆ ਚੌਲ ਉਹ ਜਿੱਤ ਲੈਂਦਾ ਜੀ ਪੈਸੇ ਬਹੁਤ ਲਾਏ ਸਰਦਾਰ ਸਾਡੇ ਨਾਲ ਨੀ ਲਾਉਣਾ ਪੈਸੇ ਲੱਗੇ ਸਾਡੇ ਆਏ ਮੈਂ ਜਿੱਤਦਾ ਰਹੂ ਜਿੱਤ ਲੈਂਦਾ ਸੀ ਆਪਣੇ ਪੈਸੇ ਲੱਗੇ ਉਹ ਮਗਰ ਪੈਸੇ ਕੱਚੇ ਹੋ ਗਏ ਮੇਰੇ ਠੀਕ ਹੈ ਮੈਂ ਪੈਸੇ ਲੈ ਗਏ ਕੀਤਾ ਮੋੜ ਵਾਲਾ ਤੇ ਸ਼ਿਵਰਾਜ ਸਾਡੇ ਪਿੰਡ ਵਾਲਾ ਮੁੰਡਾ ਇਹਨਾਂ ਨੂੰ ਫਿਰ ਉਹ ਛੇੜੀ ਗਿਆ ਠੀਕ ਇਹਨਾਂ ਨੇ 600 ਰੁਪਇਆ ਲਾਤਾ ਉਹਨਾਂ ਨਾਲ ਤੁਸੀਂ ਬਾਈ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਖਿਡਾਰੀ ਸੀ ਤੇ ਕਿਸੇ ਨਾਲ ਬਾਜੀ ਉਡਾਈ ਹੋਵੇ ਜਿਹੜੇ ਆਪਣੇ ਬਾਬਾ ਭਾਗ ਰੋਡਾ ਧਰਨਾ ਕਿਸੇ ਨਾਲ ਬਾਜੀ ਛੱਡੀ ਹੈ ਤੁਸੀਂ ਧਰਨੇ ਨਾਲ ਛੱਡੀਆਂ ਜੀ ਰੋਡੇ ਨਾਲ ਛੱਡੀਆਂ ਜੀ ਰੋਡਾ ਬਹੁਤ ਸ਼ਾਰਪ ਸੀ ਮੇਰੀ ਬਹੁਤ ਚੰਗੀ ਬੂਝ ਸੀ ਮੇਰੇ ਦੱਸਣ ਦੇ ਬੜੇ ਛੋਟੇ ਜਿਹੇ ਮੈਂ ਆਖਿਆ ਜੀ ਲਾਉਣੇ ਪੈਸੇ ਅਜੇ ਲਾ ਲੈਂਦੇ ਹਾਂ ਮੈਨੂੰ ਨਾ ਲਿਆ ਪਏ ਮੈਂ 500 ਰੁਪਇਆ ਫੜਾਤਾ ਰੋਡਾ ਦਾ ਵੀ ਲਾਗੇ ਮੈਂ ਲਾਗੇ ਮਰਦੇ ਆ ਕਿਹੜਾ ਉਹ ਮੇਰੀ ਕੂਦ ਮੈਂ ਤਾਂ ਮੇਰੀ ਆ ਜਾ ਤੂੰ ਜਿਹੜਾ ਮਰ ਗਈ ਲਾ ਲਾ ਮੈਂ ਕਿਹਾ ਐਂ ਤਾਂ ਨਹੀਂ ਮੇਰੇ ਪੈਸੇ ਫੜੋ ਮੇਰੀ ਮੈਂ ਛੋਟਾ ਕਰ ਲਿਆ ਮੇਲਾ ਹੁੰਦਾ ਸੀ ਤਾਂ ਨਾਲ ਉਹ ਕਲੇ ਕੁਲੇ ਲਾ ਲੈਂਦੇ ਕੀ ਆ ਤੁਸੀਂ ਬੱਚਾ ਹੰਡਿਆ ਇੱਥੇ ਬਾਦਲ ਬਹੁਤ ਰੁਪਿਆ ਪੈਸੇ ਲਾਏਗੀ ਮੇਲਾ ਆਉਂਦਾ ਸਰਦਾਰ ਜੀ ਬੱਚਾ ਪੈਂਦਾ ਉਹ ਆ ਕੇ ਮੈਨੂੰ ਪੈਸੇ ਲੱਗਦੇ ਮਣੀ ਮਰਜ਼ੀ ਲਾ ਲੈ ਉਹ ਫਿਰ ਵਹਿੰਦਾ ਹੈ ਗਏ ਆ ਮਿਲਣੇ ਮਰਜ਼ੀ ਲਾ ਲੈ ਵੀਰ ਜਦੋਂ ਉਹਨਾਂ ਦਾ ਹਰ ਗਿਆ ਬੱਚਾ ਫਿਰ ਲਵਾ ਸੀ ਟੁਈ ਕਰਕੇ ਫਿਰ ਬਾਰੀ ਉੱਡੀ ਮੀਰਾ ਠੰਡਾ ਤਿੰਨਾ ਬੱਚਾ ਜਾ ਮੇਰੇ ਬੈਠਾ ਰਹਾ ਹੁਣ ਰੇਕੜੇ ਉੱਡੇ ਮਾਮਾ ਨਾਮ ਕੇ ਮੇਰੇ
ਮਤਲਬ ਜਿਹੜਾ ਅਮੀਰ ਆਪ ਸੀ ਆਪਣੇ ਏਰੀਏ ਦੇ ਮੈਨੂੰ ਲੱਗਦਾ ਸ਼ਾਇਦ ਪਹਿਲੇ ਖਿਡਾਰੀ ਸੀ ਬਹੁਤ ਆਪਣੇ ਏਰੀਏ ਦੇ ਪੂਰੀ ਸਮਾਲਾ ਮਿੱਤਰ ਕਬੂਤਰ ਬੜੇ ਨੀਵੇਂ ਉੱਡਦੇ ਸੀ ਜਾਂਦੇ ਜੇ ਜਾ ਵੜਦੇ ਸੀ ਤਾਂ ਸਭ ਤੋਂ ਪਹਿਲਾ ਕਬੂਤਰ ਉਹਨਾਂ ਦਾ ਆਉਂਦਾ ਸੀ ਮੀਰ ਆਪ ਦਾ ਪਿੰਡ ਵੀ ਬਾਈ ਛੱਡੀ ਬਾਬਾ ਜੀ ਉਹਨਾਂ ਨੇ ਜੀ ਨਵੇਂ ਖਿਡਾਰੀ ਜਿਵੇਂ ਆਹ ਵੀ ਵੀਰ ਹੁਣ ਨਵੇਂ ਕਬੂਤਰ ਰੱਖਿਆ ਜੀ ਉਹਨਾਂ ਲਈ ਕੋਈ ਮੈਸੇਜ ਤੁਹਾਡੇ ਤੋਂ ਕਾਫੀ ਕੁਛ ਸਿੱਖਣ ਨੂੰ ਮਿਲੂਗਾ ਉਹਨਾਂ ਨੂੰ ਮੈਸੇਜ ਤਾਂ ਜੀ ਵੈਸੇ ਅੱਜ ਕੱਲ੍ਹ ਹਰੇਕ ਸਿਆਣਾ ਹੈ ਜੀ ਇਨਸਾਫ ਕਲੱਬਾਂ ਵਾਲੇ ਕਰਾਉਂਦੇ ਆ ਬਹੁਤ ਵਧੀਆ ਬਾਜ਼ੀਆਂ ਤਾਂ ਹੁੰਦੀਆਂ ਇੱਕ ਨੰਬਰ ਉਹ ਕਿਤੇ ਨਾ ਕਿਤੇ ਦੋ ਭਾਂਡੇ ਖੜਕ ਵੀ ਜਾਂਦੇ ਆ ਪਰ ਉਹ ਉਹਨੇ ਵੀ ਨਹੀਂ ਹਟਣੇ ਹੋਣੇ ਚਾਹੀਦੇ ਉਹ ਪਿਆਰ ਨਾਲ ਰਹੋ ਸ਼ੌਂਕ ਨੂੰ ਸ਼ੌਂਕ ਬਣਾ ਕੇ ਰਹੋ ਫਿਰ ਹੀ ਇਹ ਗੱਲ ਅੱਗੇ ਵਧੂਗੀ ਇਦੋਂ ਵੀ ਬਹੁਤ ਵੱਧ ਗਈ ਇਹ ਇਦੋਂ ਵੀ ਅੱਗੇ ਵਧੂਗੀ ਕੋਈ ਮਾੜੀ ਮੋਟੀ ਗੱਲ ਹੈ ਉਹ ਬਹਿ ਕੇ ਸੁਲਝਾ ਲਓ ਕੋਈ ਐਡੀ ਗੱਲ ਨਹੀਂ ਬਹੁਤ ਵਧੀਆ ਹੁਣ ਬਾਜ਼ੀਆਂ ਕਬੂਤਰਬਾਜ਼ੀ ਬਾਕੀ ਗੇਮਾਂ ਨਾਲੋਂ ਇੱਕ ਨੰਬਰ 'ਤੇ ਬਾਕੀ ਤੁਹਾਡੇ ਵਰਗੇ ਜਿਵੇਂ ਕਾਕਾ ਸਾਹਿਬ ਹੋ ਗਏ ਤੁਸੀਂ ਇਹ ਕੰਮ ਕਰੀ ਜਾਂਦੇ ਹੋ ਇਹ ਬਹੁਤ ਜ਼ਿਆਦਾ ਵਧੀਆ ਬਾਹਰ ਲਿਆਂਦਾ ਇੰਨਾ ਰਹੀਆਂ ਦਾ ਵੀ ਵਿਚਾਰਿਆਂ ਦਾ ਦੇਖ ਦੂਖ ਕੇ ਟਾਈਮ ਪਾਸ ਹੋਦਾ ਉਹਨਾਂ ਨੂੰ ਉੱਥੇ ਬਹੁਤ ਔਖਾ ਕੰਮ ਤੋਂ ਬਿਨਾਂ ਗੱਲ ਹੀ ਨਹੀਂ ਹੋਰ ਕੋਈ ਹੁਣ ਆਪਾਂ ਤਾਂ ਇੱਥੇ ਵਿਹਲੇ ਉਹਨੂੰ ਮਿਲ ਲਏ ਉਹਨੂੰ ਮਿਲ ਲਏ ਉਹਨਾਂ ਨੂੰ ਬਹੁਤ ਔਖਾ ਉਹ ਤੁਹਾਡਾ ਜਿਵੇਂ ਤੁਸੀਂ ਇਹ ਉਪਰਾਲਾ ਕਰਿਆ ਸੰਦੀਪ ਬਰਾੜ ਨੇ ਵੀ ਕਰਿਆ ਅਤੇ ਇਹ ਬਹੁਤ ਵਧੀਆ ਮੇਰਾ ਪਟਿਆਲੇ ਟਾਈਮ ਨਹੀਂ ਲੰਘਦਾ ਮੈਂ ਤਾਂ ਬਸ ਇਹੀ ਔਨ ਕਰ ਲੈਂਦਾ ਤੁਹਾਡੇ ਗਾਣੇ ਹੋ ਗਏ ਆ ਇੰਟਰਵਿਊਆਂ ਹੋ ਗਈਆਂ ਬਹੁਤ ਵਧੀਆ ਗੱਲ ਹੈ ਸਾਲ ਦੇ ਵਿੱਚ ਮਤਲਬ ਤੁਸੀਂ ਜਦੋਂ ਇੱਥੇ ਸੀਜ਼ਨ 'ਚ ਆਉਂਦੇ ਹੋ ਬਾਜ਼ੀਆਂ 'ਚ ਕਿੰਨੀਆਂ ਕੁ ਇਸ ਸਾਲ ਤੁਸੀਂ ਬਾਜ਼ੀਆਂ ਛੱਡਦੇ ਹੋ ਬਾਜ਼ੀਆਂ ਤਾਂ ਬਹੁਤ ਹੋ ਜਾਂਦੀਆਂ ਜੀ ਇੰਟਰੀਆਂ ਦੇ ਹਿਸਾਬ ਨਾਲ ਹਾਂਜੀ ਕਬੂਤਰ ਘਰੋਂ ਭੱਜ ਕੁੱਝ ਜਾਣ ਫਿਰ ਉਹ ਕੋਈ ਵਾਹ ਨਹੀਂ ਕਰਦੀ ਕਿੰਨਾ ਟਾਈਮ ਤੁਹਾਨੂੰ ਪਟਿਆਲੇ ਗਿਆਨ ਹੋ ਗਿਆ ਜਦੋਂ ਤੁਸੀਂ ਪਟਿਆਲੇ ਤੋਂ ਇੱਥੇ ਆ ਕੇ ਕਬੂਤਰ ਸਾਂਭਦੇ ਹੋ ਉਦੋਂ ਵਧੀਆ ਉੱਡਦੇ ਸੀ ਜਾਂ ਜਦੋਂ ਪ੍ਰੋਪਰ ਇੱਥੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਸੀ ਕਬੂਤਰ ਤੁਹਾਡੇ ਉਦੋਂ ਵੱਧ ਉੱਡਦੇ ਇਹ ਗੱਲ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਹੈਗਾ ਜੀ ਕਿਉਂਕਿ ਕਾਫੀ ਇਹਨਾਂ ਨੇ ਦੱਸਿਆ 27 ਸਾਲ ਇਹਨਾਂ ਨੂੰ ਹੋ ਗਏ ਹਾਂਜੀ ਤੁਹਾਡੇ ਇਹ ਪਰਿਵਾਰਕ ਮੈਂਬਰ ਹੀ ਹੈ ਜੀ ਸਾਡਾ ਇਹ ਜੇ ਕਿ ਅਸੀਂ ਸੋਚ ਵੀ ਨਹੀਂ ਇਹ ਕਰ ਸਕਦੇ ਵੀ ਅਸੀਂ ਪਟਿਆਲੇ ਰਿਹਾਇਸ਼ ਕਰ ਲਈ ਅਤੇ ਕਬੂਤਰ ਘੱਟ ਗਏ ਹੁਣ ਇਹ ਫਰਕ ਹੀ ਨਹੀਂ ਪੈਣ ਦਿੰਦਾ ਕਾਫੀ ਸਹਿਯੋਗ ਦੇ ਰਹੇ ਆ ਬਾਕੀ ਉੱਥੇ ਹੋਰ ਨੇ ਜਿਵੇਂ ਕਾਲਾ ਹੋ ਗਿਆ ਡੀਸੀ ਇੱਕ ਚਮਕੀਲਾ ਪ੍ਰਗਟ ਹੋਰ ਬਹੁਤ ਮਿਹਨਤੀ ਬੰਦੇ ਨੇ ਫਰਕ ਇਹ ਨਹੀਂ ਹੋ ਸਕਦਾ ਵੀ ਫਰਕ ਪੈ ਜੂ ਜੇ ਬੈਠਣਾ ਹੈ ਤਾਂ ਉਹਨੇ ਬੈਠਣਾ ਜੇ ਉੱਡਣਾ ਤਾਂ ਫਿਰ ਉਹਨੇ ਉੱਡਣਾ ਹੀ ਬਹੁਤ ਮਿਹਨਤ ਕਰਦੇ ਜਦੋਂ ਬਾਈ ਜੀ ਇੱਥੇ ਹੁੰਦੇ ਸੀ ਉਦੋਂ ਵੀ ਤੁਹਾਨੂੰ ਸਿਖਾਉਂਦੇ ਸੀ ਵੀ ਕਬੂਤਰ ਆਪਾਂ ਇਸ ਤਰ੍ਹਾਂ ਸਾਂਭਣਾ ਹੁਣੇ ਪਟਿਆਲੇ ਰਹਿੰਦੇ ਆ ਕਈ ਵਾਰੀ ਇਹਨਾਂ ਨੂੰ ਕੰਮ ਹੋ ਜਾਂਦਾ ਬਾਜ਼ੀਆਂ ਦੇ ਸੀਜ਼ਨ 'ਚ ਮਤਲਬ ਤੁਹਾਨੂੰ ਫੋਨ 'ਤੇ ਹੁਣ ਵੀ ਉਹ ਸਮਝਾਉਂਦੇ ਰਹਿੰਦੇ ਕਬੂਤਰ ਇੱਥੇ ਸਾਂਭਣਾ ਜਾਂ ਤੁਸੀਂ ਆਪਦੀ ਮਰਜ਼ੀ ਨਾਲ ਹੀ ਸੰਭਾਲ ਲੈਂਦੇ ਸੀ ਇਹਨਾਂ ਨੂੰ ਪੂਰਾ ਵਿਸ਼ਵਾਸ ਸੀ ਵੀ ਜਿਵੇਂ ਤੁਸੀਂ ਸਾਂਭਤਾ ਕਬੂਤਰ ਓਕੇ ਹੋਊਗਾ ਹੋ ਜਾਂਦਾ ਜੀ ਹਾਂਜੀ ਹੋ ਜਾਂਦਾ ਮਤਲਬ ਤੁਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਕੰਮ ਇਹਨਾਂ ਨੇ ਦੱਸਿਆ ਵਿਸ਼ਵਾਸ ਦੇ ਨਾਲ ਇਹਨਾਂ ਦੇ ਨਾਲ ਰਹਿ ਰਹੇ ਹੋ ਤੁਹਾਨੂੰ ਇਹ ਵਿਸ਼ਵਾਸ ਹੈ ਇਹਨਾਂ ਨੂੰ ਮੈਨੂੰ ਪਹਿਲਾਂ ਪਰਮਾਤਮਾ ਜੀ ਦੂਜੇ ਨੰਬਰ 'ਤੇ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਇੱਕ ਜਿਹੜਾ ਦਰਜਾ ਤੁਹਾਨੂੰ ਇਹਨਾਂ ਨੇ ਦਿੱਤਾ ਇੱਕ ਭੇਟੇ ਵਾਲਾ ਹਾਂਜੀ
ਤੁਸੀਂ ਵੀ ਇਹਨਾਂ ਦਾ ਬਹੁਤ ਆਦਰ ਸਤਿਕਾਰ ਬਹੁਤ ਜ਼ਿਆਦਾ ਕਰਦੇ ਹੋ, ਇਸੇ ਕਰਕੇ ਜਿਹੜਾ 27 ਸਾਲ ਦਾ ਸਫ਼ਰ ਹੈ ਤੁਹਾਡੇ ਨਾਲ ਇਹਨਾਂ ਦਾ ਕਾਇਮ ਕਹਾਂ ਜਵਾਕਾਂ ਨੂੰ ਵੀ ਕਹਿੰਦੇ ਰਹਾਂਗੇ ਜੀ ਜੀ ਇਸ ਕਰਕੇ ਇੰਨਾ ਚਿਰ। ਸੋ ਬਹੁਤ ਵਧੀਆ ਜੀ, ਕੋਈ ਹੋਰ ਗੱਲਬਾਤ ਜੀ, ਕੋਈ ਤੁਹਾਡੀ ਖਾਸ ਬਾਜੀ ਰਹੀ ਹੋਵੇ ਜਿੱਥੇ ਕਿ ਆਪਾਂ ਕਈ ਵਾਰੀ ਹੁੰਦਾ ਵੀ ਆਹ ਆਪਣੀ ਜ਼ਿੰਦਗੀ 'ਚ ਸਭ ਤੋਂ ਖਾਸ ਬਾਜੀ, ਕੋਈ ਖਾਸ ਬਾਜੀ ਦੀ ਗੱਲ ਦੱਸੋ ਖਿਡਾਰੀ ਵੀਰਾਂ ਨੂੰ, ਤੁਹਾਡੀ ਕੋਈ ਖਾਸ ਬਾਜੀ ਸੀ? ਖਾਸ ਤਾਂ ਬਾਜੀਆਂ ਸਾਰੀਆਂ ਖਾਸ ਹੁੰਦੀਆਂ ਜੀ, ਪਰ ਨਹੀਂ ਕੋਈ ਖਾਸ ਹੁੰਦੀ ਹੈ, ਅਹਿਮ ਹੁੰਦੀ ਹੈ ਆਪਣੀ ਜ਼ਿੰਦਗੀ ਲਈ ਜੀ, ਵੀ ਆਹ ਬਾਜੀ ਇੱਕ ਯਾਦਗਾਰ ਬਾਜੀ ਹੁੰਦੀ ਹੈ ਕੋਈ? ਪਹਿਲੀਆਂ ਪਹਿਲੀਆਂ 'ਚ ਸੀ ਜੀ ਸਾਡੇ ਮਨ 'ਚ ਜੀ ਬੇਗੇ ਦਾ ਸਭ ਤੋਂ ਵੱਧ ਹੁੰਦਾ ਜੀ, ਵੀ ਬੇਗੇ ਬਾਜੀ ਜਿੱਤ ਗਏ ਜੀ। ਹਾਂਜੀ, ਉਹ ਬੜੀ ਵਧੀਆ ਬਾਜੀ, ਮੁਖਤਿਆਰ ਸਿੰਘ ਉਹ ਸੀ ਮੈਂਬਰ ਸੀ ਜਾਂ ਨੰਬਰਦਾਰ ਸੀ ਪਿੰਡ ਦੇ ਜੀ, ਬੂਟੇ ਦੇ ਬੇਗੇ ਆਏ ਦੇ ਸ਼ਾਇਦ ਉਹ ਚਾਚਾ ਜੀ ਕੋਈ ਤਾਇਆ ਇੱਦਾਂ ਜੀ, ਅਤੇ ਡੀ ਸੀ ਨਾਲ ਬੂਟਾ ਮੁਖਤਿਆਰ ਸਿੰਘ ਅਮਰੀ ਇਹ ਬਾਜੀ ਕਰਾਉਂਦੇ, ਬਸ ਉਹਦਾ ਸਾਨੂੰ ਹੁੰਦਾ ਵੱਧ ਵੀ ਆਪਾਂ ਬੇਗਿਓ ਬਾਜੀ ਦੇਖਿਓ, ਹਰੇਕ ਨੂੰ ਹੀ ਹੁੰਦਾ ਸੀ, ਬਹੁਤ ਮਸ਼ਹੂਰ। ਕਦੇ ਜਿੱਤੀ ਵੀ ਉੱਥੇ ਫਿਰ ਬਾਜੀ ਤੁਸੀਂ? ਹਾਂਜੀ, ਬੇਗੇ ਜਿੱਤ ਗਏ ਹੋਵਾਂਗੇ ਅਸੀਂ, ਕਈ ਵਾਰੀ ਜਿੱਤ ਗਏ ਹੋਵਾਂਗੇ ਜੀ, ਯਾਦ ਤਾਂ ਹੁਣ ਨਹੀਂ ਹੈਗਾ ਮੇਰੇ ਵੀ ਕਿੰਨੇ ਵਾਰ ਜਿੱਤੇ ਹਾਂ, ਪਰ ਜਿੱਤੀ ਹਾਂ ਅਸੀਂ ਬਹੁਤ ਵਾਰ। ਹਾਂਜੀ, ਜਾਂ ਮਤਲਬ ਸਾਂਝੀ ਹੋ ਗਈ ਜਿੱਤੀ ਹਾਂ। ਕੋਈ ਇਹੋ ਜਿਹਾ ਮਤਲਬ ਬਾਜੀ ਜਿੱਥੇ ਤੁਹਾਡੇ ਅੱਜ ਤੀਕਰ ਵੀ ਦਿਲ ਦੇ ਵਿੱਚ ਰਹਿ ਗਿਆ ਹੋਵੇ, ਆਪਾਂ ਬਾਜੀ ਇਸ ਪਿੰਡ ਜਿੱਤਣੀ ਸੀ ਅੱਜ ਤੀਕਰ ਵੀ ਤੁਹਾਥੋਂ ਬਾਜੀ ਜਿੱਤੀ ਨਾ ਗਈ ਹੋਵੇ, ਕੋਈ ਇਹੋ ਜਿਹੀ ਗੱਲ ਖਿਡਾਰੀ ਵੀਰਾਂ ਨੂੰ ਦੱਸਣੀ ਚਾਹੋ ਤੁਸੀਂ? ਨਹੀਂ ਜੀ, ਇਹੀ ਜੀ ਕੋਈ ਬਾਜੀ ਨਹੀਂ, ਤਕਰੀਬਨ ਬਾਜੀਆਂ ਕਿਲਾ ਰਾਏਪੁਰ ਜੀ, ਬੇਗਾ, ਲੀਲਾਂ, ਗੁੰਮਟੀ, ਬਹਿਣੀ ਨਾਲ ਮਸ਼ਹੂਰ ਜੀਆਂ ਹੁੰਦੀਆਂ ਇਹ, ਉਹ ਤਕਰੀਬਨ ਅਸੀਂ ਜਿੱਤੀ ਹੋਏ ਹਾਂ ਜੀ। ਕੁਛ ਕਹਿਣਾ ਚਾਹੋ ਜੀ ਤੁਸੀਂ? ਕਹਿਣਾ ਤਾਂ ਜੀ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਹੇਅਰ ਗਰੁੱਪ ਏ ਚੈਨਲ ਤੁਸੀਂ ਬਣਾਇਆ ਜੀ, ਇਹ ਜਿੰਨੇ ਵੀ ਆਪਣੇ ਯਾਰ ਦੋਸਤ ਨੇ ਸਾਰੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂ ਜੇ ਆਪਾਂ ਇੰਨੀ ਚੰਗੀ ਗੱਲ ਕਰ ਰਹੇ ਨੇ ਜੇ ਇਹਨਾਂ ਨੂੰ ਆਪਾਂ ਹੌਸਲਾ ਨਹੀਂ ਦੇਵਾਂਗੇ ਤਾਂ ਫਿਰ ਉਹਦਾ ਬੰਦਾ ਪਿੱਛੇ ਹਟ ਜਾਂਦਾ। ਇਹ ਬਹੁਤ ਵਧੀਆ ਕਰ ਰਹੇ ਨੇ, ਇਹਨਾਂ ਦਾ ਉਤਸ਼ਾਹ, ਬਸ ਇੱਕ ਬੇਨਤੀ ਹੈ ਵੀ ਜ਼ਰੂਰ ਵਧਾਓ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਤੁਸੀਂ ਕੁਛ ਕਹਿਣਾ ਚਾਹੋ ਜੀ ਆਪਣੇ ਜਿੰਨੇ ਵੀ ਦੋਸਤ ਮਿੱਤਰ ਆ ਤੁਹਾਡੇ ਫੈਨਸ ਆ ਉਹਨਾਂ ਨੂੰ? ਭਾਈ ਜੀ, ਜੋ ਕਾਕਾ ਕਨੇਡਾ ਭਿੰਦਰ ਚੱਕੜਾ ਜੀ ਜੋ ਇਸ ਗੇਮ ਲਈ ਆਪਣੀ ਗੇਮ ਨੂੰ ਅੱਗੇ ਲਿਜਾਣ ਵਾਸਤੇ ਏਡਾ ਵਧੀਆ ਅਤੇ ਚੰਗਾ ਉਪਰਾਲਾ ਕਰ ਰਹੇ ਨੇ, ਇਸ ਲਈ ਆਪਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ, ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦੀ ਲੋੜ ਹੈ। ਇਸ ਕਰਕੇ ਹੇਅਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿ ਕੋਈ ਵੀ ਬੰਦਾ ਮਿੱਤਰ ਦੋਸਤ ਰਿਸ਼ਤੇਦਾਰ ਨਾ ਰਹਿ ਜੇ, ਕਿਉਂਕਿ ਜਿਹਦੇ ਤੀਕ ਆਪਣੀ ਗੇਮ ਨਾ ਪਹੁੰਚੇ, ਇਸ ਨੂੰ ਅੱਗੇ ਲਿਜਾਣ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਉਣ ਵਾਲਿਆਂ ਭਵਿੱਖ ਆਉਣ ਵਾਲੀ ਪੀੜ੍ਹੀ ਨੂੰ ਯਾਦ ਰਹੇ ਕਿ ਇਸ ਚੈਨਲ ਨੂੰ ਇਹਨਾਂ ਭਰਾਵਾਂ ਨੇ ਸਹਿਯੋਗ ਦਿੱਤਾ ਸੀ ਅਤੇ ਸਾਡੀ ਕਬੂਤਰਬਾਜ਼ੀ ਗੇਮ ਨੂੰ ਇਹਨਾਂ ਵੱਧ ਤੋਂ ਵੱਧ ਅੱਗੇ ਲਿਜਾਏ ਨੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਜਿੰਨੇ ਵੀ ਵੀਰ ਅੱਜ ਆਪਣੇ ਘਰ ਚੱਕੜੇ ਪਿੰਡ ਪਹੁੰਚੇ ਹੈ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ, ਅਤੇ ਬਾਕੀ ਸਾਡੀ ਟੀਮ ਕਾਕਾ ਕਨੇਡਾ ਚੱਕੜਾ ਗਰੁੱਪ ਇਹਨਾਂ ਨੇ ਜੋ ਵੀ ਆਪਣੇ ਹੇਅਰ ਰਿਕਾਰਡ ਚੈਨਲ ਬਾਰੇ ਕਿਹਾ ਜੀ, ਪਲੀਜ਼ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸਾਡਾ ਜਿਹੜਾ ਹੌਸਲਾ ਵੱਧ ਸਕੇ। ਅਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗਿਆ, ਚੱਕ ਲਓ, ਚੱਲ ਹੋਰ ਨਾਲ ਕਰ ਦਿਓ ਯਾਰ, ਪੁੱਛੀ ਇਹਦੇ ਨਾਲ ਕਰ ਦਿਓ, ਮੈਂ ਉਹਦੇ ਨਾਲ ਵੀ ਕਰਾਂ ਬਾਈ, ਸਾਹਮਣੇ ਸਾਹਮਣੇ ਬਾਈ। ਮੌਕਾ ਮਿਲਿਆ ਬਾਈ ਜੀ ਹੋਰਾਂ ਨੂੰ ਆਪਦੇ ਹੱਥੀਂ ਆਪਾਂ ਜਿਹੜੀ ਸੇਵਾ ਕਰ ਰਹੇ ਹਾਂ ਬਾਈ ਜੀ ਹੋਰਾਂ ਦੀ, ਖੁਸ਼ੀ ਹੈਗੀ ਹੈ ਜੀ, ਅਤੇ ਬਹੁਤ ਮਤਲਬ ਅੱਜ ਖੁਸ਼ੀ ਦਾ ਦਿਨ ਹੈ ਜੀ। ਪਤਾ ਨਹੀਂ ਤੁਸੀਂ ਇੱਥੇ ਕਦੇ ਆਉਣਾ ਸੀ ਕਿ ਨਹੀਂ ਆਉਣਾ ਸੀ, ਜਿਹੜਾ ਆਪਣਾ ਕਬੂਤਰਾਂ ਦਾ ਜ਼ਰੀਆ ਅੱਜ ਜਿੰਨੇ ਵੀ ਆਪਾਂ ਵੀਰ ਇਕੱਠੇ ਹੋਏ ਜੀ, ਆਪਾਂ ਨੂੰ ਕਬੂਤਰਾਂ ਨੇ ਮਨਾਇਆ, ਮੌਕਾ ਸਾਨੂੰ ਵੀ ਮਿਲਿਆ ਜੀ ਅੱਜ, ਸੇਵਾ ਕਰਨ ਦਾ ਕੁਛ ਨੀ ਕੁਛ ਦਿਓ ਜੀ।
ਸਾਨੂੰ ਅੱਜ ਪਿੰਡ ਚੱਕੜਾ ਵਿਖੇ ਆਪਣੇ ਘਰ ਬਾਈ ਜੀ ਹੋਰੇ ਸਾਰੇ ਆਏ ਆ ਜੀ ਅਤੇ ਮੌਕਾ ਮਿਲਿਆ ਜੀ ਸਾਨੂੰ ਲਓ ਜੀ ਮੋਸ਼ੀ ਵੀਰ ਤੁਸੀਂ ਵੀ ਲਓ ਰੱਖੋ ਖੋਲੀ ਚਿਕਨ ਦੇ ਹੋਰ ਅੰਦਰੋਂ ਪਾ ਕੇ ਲੱਗਦੇ ਲੋਕਿੰਦਰ ਬਾਈ ਅਸੀਂ ਤਾਂ ਜੈਲੇ ਬਾਈ ਸਿੱਖਣਾ ਚਾਹ ਰਹੇ ਬਾਈ ਚਿਕਨ ਬਣਾਉਣੇ ਕਿਵੇਂ ਨਹੀਂ ਬਹੁਤ ਵਧੀਆ ਜੈਲੇ ਵੀ ਮਤਲਬ ਅੱਜ ਮੈਨੂੰ ਮੌਕਾ ਨਹੀਂ ਮਿਲਿਆ ਨਹੀਂ ਮੈਂ ਤੁਹਾਨੂੰ ਬਣਾ ਕੇ ਆਪਦੇ ਹੱਥੀ ਖਵਾਉਣਾ ਸੀ ਫਿਰ ਵੀ ਮੈਂ ਮੇਰੇ ਉਹ ਜਿਹੜੇ ਆਪਣੇ ਜੀ ਸੋ ਇਹ ਤਾਂ ਸੀ ਜੀ ਪਾਰਟ 1 ਇੰਟਰਵਿਊ ਸੋ ਅਗਲੀ ਇੰਟਰਵਿਊ ਜੋ ਅਸੀਂ ਪਾਵਾਂਗੇ ਉਹ ਵੀ ਜ਼ਰੂਰ ਦੇਖਿਓ ਜੀ ਸੈਕਿੰਡ ਪਾਰਟ ਇਸ ਵੀਡੀਓ ਦਾ ਅਤੇ ਇਹ ਵੀ ਤੁਹਾਨੂੰ ਕੱਲ੍ਹ ਯਾਨੀ ਕਿ ਐਤਵਾਰ ਨੂੰ ਅਸੀਂ ਦਿਖਾਵਾਂਗੇ ਪਾਰਟ 2 ਅਤੇ ਪਲੀਜ਼ ਇਹਨੂੰ ਵੀ ਸਾਰੇ ਵੀਰ ਦੱਬ ਕੇ ਸ਼ੇਅਰ ਕਰਿਓ ਅਤੇ ਕਮੈਂਟ ਜ਼ਰੂਰ ਪਾਇਓ ਬਾਈ ਜੀ ਬਾਰੇ ਕਿਵੇਂ ਦੀ ਵੀਡੀਓ ਲੱਗੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ 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 ਜਿੰਨੇ ਵੀ ਵੀਰ ਦੇਖ ਰਹੇ ਹੋ ਜਿੱਦਾਂ ਪਹਿਲੀ ਵੀਡੀਓ ਨੂੰ ਪਾਇਆ ਇਹ 'ਚ ਵੀ ਬੇਨਤੀ ਹੈ ਇਹਨੂੰ ਵੀ ਉਸੇ ਤਰ੍ਹਾਂ ਹੰਗਾਰਾ ਦਿਓ ਪਹਿਲਾਂ ਤੁਹਾਡਾ ਬਹੁਤ ਪਿਆਰ ਮਿਲਿਆ ਫਿਰ ਹੀ ਇਹਨਾਂ ਨੂੰ ਹੌਸਲਾ ਬਣੂੰਗਾ ਵੀ ਆਪਾਂ ਅੱਗੇ ਨੂੰ ਹੋਰ ਚੰਗੇ ਬੰਦਿਆਂ ਦਾ ਵੀ ਕਰੀਏ ਫਿਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ
ਆਉਂਦਾ।